ਸੰਗਤੀ ਰੂਪ ਵਿੱਚ ਹਾਜ਼ਰ ਸਮੂਹ, ਗੁਰੂ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਸੈਸ਼ਨ ਜੋ, ਕਿਉਂਕਿ ਦੋਨੋਂ ਹੀ ਸੈਸ਼ਨ ਮੇਰੇ ਜ਼ਿੰਮੇ ਆ, ਪਹਿਲਾਂ 11:30 ਤੋਂ 12:30, ਫਿਰ ਬ੍ਰੇਕ 15 ਮਿੰਟ ਦੀ, ਔਰ ਫਿਰ ਦੂਸਰਾ ਸੈਸ਼ਨ, ਭਾਈ ਸਾਹਿਬ ਹੋਰਾਂ ਨੇ ਉੱਧਰ ਬਿਜ਼ੀ ਹੋਣਾ। ਮੈਂ ਜੋ ਪਹਿਲਾ ਵਿਸ਼ਾ ਲਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀਵਨ, ਫਲਸਫਾ ਅਤੇ ਅੰਮ੍ਰਿਤ ਦੀ ਦਾਤ, ਕਿਉਂਕਿ ਅੱਜ ਅੰਮ੍ਰਿਤ ਸੰਚਾਰ ਹੋਣਾ ਅਤੇ 2 ਜਨਵਰੀ ਨੂੰ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਵੀ ਹੈ। ਇਹ ਜਿੰਨੀ ਸੰਸਾਰ ਭਰ ਵਿੱਚ ਸਾਡੀ ਹੋਂਦ ਹੈ, ਸਾਡੀ ਪਹਿਚਾਣ ਹੈ, ਇਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਹੈ। ਅਸੀਂ ਬਹੁਤ ਹੀ ਪਿਆਰ ਅਤੇ ਸਤਿਕਾਰ ਦੇ ਨਾਲ ਸਤਿਗੁਰਾਂ ਬਾਰੇ ਸ਼ਬਦ ਬੋਲਦੇ ਹਾਂ, ਕਲਗੀਆਂ ਵਾਲੇ, ਬਾਜਾਂ ਵਾਲੇ, ਨੀਲੇ ਦੇ ਸ਼ਾਹ ਸਵਾਰ, ਸ਼ਮਸ਼ੀਰੇ ਬਹਾਦਰ, ਸਰਬੰਸ ਦਾਨੀ, ਅੰਮ੍ਰਿਤ ਕੇ ਦਾਤੇ, ਇਹ ਵਿਸ਼ੇਸ਼ਣ ਸਾਡੀ ਇੱਕ ਭਾਵਨਾ, ਪਿਆਰ, ਮੋਹ ਦੇ ਵਿੱਚੋਂ ਇਹ ਸ਼ਬਦ ਪ੍ਰਗਟ ਹੋਏ। ਗੋ ਸ਼ਬਦ ਧਰਤੀ ਲਈ ਵਰਤਿਆ ਜਾਂਦਾ ਅਤੇ ਬਿੰਦ ਦਾ ਅਰਥ ਹੁੰਦਾ ਥੰਮ। ਜਿਹੜਾ ਸ੍ਰਿਸ਼ਟੀ ਦਾ ਥੰਮ ਹੈ, ਉਹ ਅਕਾਲ ਪੁਰਖ ਵਾਸਤੇ ਵੀ ਗੋਬਿੰਦ ਸ਼ਬਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਸ਼ਬਦ ਆਉਂਦਾ, ਹੇ ਗੋਬਿੰਦ, ਹੇ ਗੋਪਾਲ, ਦੀਨ ਦਿਆਲ ਲਾਲ। ਪਰ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੰਬੋਧਨਕ ਨਾਉਂ ਵੀ ਗੋਬਿੰਦ ਹੈ। ਸ੍ਰਿਸ਼ਟੀ ਦੇ ਥੰਮ ਨੇ ਉਹ ਵਿਸ਼ਵ ਨੂੰ ਇੱਕ ਵੱਡਾ ਸੁਨੇਹਾ ਦੇ ਕੇ ਜ਼ਿੰਦਗੀ ਜੀਣ ਦੀ ਯੁਗਤ ਸਮਝਾਉਣ ਵਾਲੇ ਪਾਤਸ਼ਾਹ ਨੇ, ਜਿਹਦੇ ਬਾਰੇ ਸਤਿਗੁਰਾਂ ਦੇ ਦਰਬਾਰੀ ਕਵੀ ਭਾਈ ਨੰਦ ਲਾਲ ਜੀ, ਉਹਨਾਂ ਨੇ ਬੜੀ ਲੰਬੇਰੀ ਕਾਵਿ ਰੂਪ ਵਿੱਚ ਰਚਨਾ ਰਚੀ। ਅਕਸਰ ਅਸੀਂ ਸੁਣਦੇ ਹਾਂ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਏਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਨਾਸਰੋ ਹੁੰਦਾ ਜਿਹਦਾ ਆਸਰਾ ਕੋਈ ਨਹੀਂ, ਨਾ ਆਸਰੋ, ਜਿਹਦਾ ਕੋਈ ਆਸਰਾ ਨਹੀਂ, ਉਹਦੇ ਵਾਸਤੇ ਅਕਾਲ ਪੁਰਖ ਦਾ ਸਰੂਪ ਨੇ, ਅਕਾਲ ਪੁਰਖ ਨੇ ਗੁਰੂ ਗੋਬਿੰਦ ਸਿੰਘ। ਏਜ਼ ਦੀ ਮਨਜ਼ੂਰ, ਅੱਲਾ ਦੀ ਦਰਗਾਹ ਵਿੱਚ ਜੇ ਕੋਈ ਪ੍ਰਵਾਨ ਹੈ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ। ਹੱਕ ਹੱਕ ਅਗਾਹ ਗੁਰੂ ਗੋਬਿੰਦ ਸਿੰਘ, ਸੱਚ ਦੀ ਥਾਂ ਪਾਉਣ ਵਾਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਸ਼ਾਹੇ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ, ਸ਼ਹਿਨਸ਼ਾਹਾਂ ਦੇ ਵੀ ਸ਼ਹਿਨਸ਼ਾਹ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਸੱਚ ਦਾ ਸੁਨੇਹਾ ਦੇਣ ਵਾਲੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਮਹਾਰਾਜ ਬਾਦਸ਼ਾਹ ਵੀ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦਰਵੇਸ਼ ਵੀ ਨੇ। ਫਿਰ ਕਹਿੰਦੇ, ਨੂਰ ਦਰ ਹਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ। ਜਿੰਨੀਆਂ ਵੀ ਅੱਖਾਂ ਵਿੱਚ ਰੋਸ਼ਨੀ ਹੈ, ਦ੍ਰਿਸ਼ਟੀ ਹੈ, ਤੱਕਣੀ ਹੈ, ਹਰ ਚਸ਼ਮ ਦੀ, ਹਰ ਅੱਖ ਦੀ ਨੂਰ ਦਾ ਜੋ ਨੂਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਰੂਹ ਦਰ ਹਰ ਜਿਸਮ, ਜਿੰਨੇ ਵੀ ਸਰੀਰ ਨੇ, ਜਿਹੜੀ ਉਹਨਾਂ 'ਚ ਰੂਹ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਹਿਮਤ ਅਤੇ ਬਖਸ਼ਿਸ਼ ਹੈ। ਇਹ ਚਿੱਤਰ ਇਹਨਾਂ ਪਿਆਰੇ ਸ਼ਬਦਾਂ ਵਿੱਚ ਚਿੱਤਰਿਆ ਭਾਈ ਨੰਦ ਲਾਲ ਜੀ ਨੇ, ਕਿ ਭਾਵੇਂ ਵਿਸਾਖੀ ਦਾ ਦਿਨ ਹੋਵੇ, ਭਾਵੇਂ ਪ੍ਰਕਾਸ਼ ਪੁਰਬ ਹੋਵੇ ਸਤਿਗੁਰਾਂ ਦਾ, ਇਹ ਸ਼ਬਦ ਰਾਗੀ ਸਿੰਘ ਬਹੁਤ ਹੀ ਪਿਆਰ ਨਾਲ ਗਾਉਂਦੇ ਹੈ। ਔਰ ਹਰਿਮੰਦਰ ਸਾਹਿਬ ਦੀ ਮਰਿਆਦਾ ਵਿੱਚ ਜੇ ਕੇਵਲ ਗੁਰਬਾਣੀ ਗਾਉਣ ਤੋਂ ਬਾਅਦ ਪ੍ਰਵਾਨਗੀ ਹੈ ਤਾਂ ਦਸਮ ਪਾਤਸ਼ਾਹ ਦੀ ਬਾਣੀ, ਭਾਈ ਨੰਦ ਲਾਲ ਜੀ ਦੀ ਰਚਨਾ ਅਤੇ ਭਾਈ ਗੁਰਦਾਸ ਜੀ ਦੀ ਰਚਨਾ, ਕਿਉਂਕਿ ਗੁਰੂ ਘਰ ਦੀ ਇੱਕ ਮਰਿਆਦਾ ਹਰਿਮੰਦਰ ਸਾਹਿਬ ਦੀ, ਇੱਥੇ ਕੋਈ ਸਧਾਰਨ ਕਵਿਤਾ ਨਹੀਂ ਗਾ ਸਕਦਾ, ਕੋਈ ਬਾਹਰੋਂ ਹੋਰ ਸ਼ਬਦ ਨਹੀਂ ਗਾ ਸਕਦਾ। ਜੇਕਰ ਕੇਵਲ ਮਾਨਤਾ ਮਿਲੀ ਹੈ ਸਾਡੀ ਪੰਥਕ ਮਰਿਆਦਾ ਦੇ ਵਿੱਚ, ਉਹ ਭਾਈ ਗੁਰਦਾਸ ਜੀ ਔਰ ਭਾਈ ਨੰਦ ਲਾਲ ਜੀ ਨੂੰ ਪ੍ਰਵਾਨਗੀ ਮਿਲੀ ਹੋਈ ਹੈ ਕਿ ਇਹਨਾਂ ਨੇ ਹੁੱਬ ਕੇ ਜੋ ਗੁਰਮਤ ਦੀ ਵਿਆਖਿਆਕਾਰੀ ਕੀਤੀ ਹੈ, ਇਹੋ ਜਿਹੀ ਸੰਸਾਰ ਵਿੱਚ ਹੋਰ ਕੋਈ ਕਰ ਨਹੀਂ ਸਕਦਾ। ਥੋੜ੍ਹੀ ਜਿਹੀ ਆਵਾਜ਼ ਮੈਂ ਗੂੰਜਦੀ ਹੈ, ਘਟਾ ਦੇਣਾ। ਇੱਕ ਬੜਾ ਮਹਾਨ ਸਾਡੇ ਸ਼ਾਇਰ ਹੋਇਆ, ਉਹ ਕਹਿੰਦਾ, ਮੈਂ ਬੜੇ ਜਾਵੀਏ ਨਾਲ ਕਲਮ ਚੁੱਕੀ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਲਿਖਾਂਗਾ।
ਕਹਿੰਦਾ ਜਦ ਮੈਂ ਹੇਮਕੁੰਟ ਸਾਹਿਬ ਦਾ ਇਤਿਹਾਸ ਪੜ੍ਹਿਆ, ਵਿਚਿੱਤਰ ਨਾਟਕ ਜਿੱਥੇ ਸਤਿਗੁਰਾਂ ਨੇ ਆਪਣੇ ਜਨਮ ਦਾ ਵਰਣਨ ਕੀਤਾ, ਹੇਮਕੁੰਟ ਪਰਬਤ ਹੈ ਜਹਾਂ ਸਪਤ ਸ੍ਰਿੰਗ ਸੋਭਤ ਹੈ ਤਹਾਂ, ਮੈਂ ਕਹਿੰਦਾ ਇਹ ਕੋਈ ਮਹਾਨ ਸੰਤ ਹੈ। ਪਰ ਕਹਿੰਦਾ ਜਦ ਮੈਂ ਇੱਕ ਸੰਤ ਦੀ ਕਥਾ ਲਿਖਣ ਲੱਗਦਾ ਤਾਂ ਮੇਰੀਆਂ ਅੱਖਾਂ ਸਾਵੇਂ ਪੰਘਾਣੀ ਦੇ ਯੁੱਧ ਦਾ ਹਾਲ ਆਉਂਦਾ, ਜਿੱਥੇ ਸਤਿਗੁਰੂ ਗਾ ਰਹੇ ਨੇ ਜੰਗ ਜਿੱਤ ਕੇ, ਭਈ ਜੀਤ ਮੇਰੀ ਕਿਰਪਾ ਕਾਲ ਕੇਰੀ। ਮੈਂ ਕਹਿੰਦਾ ਇਹ ਕੋਈ ਮਹਾਨ ਸਿਪਾਹੀ ਹੈ। ਪਰ ਕਹਿੰਦਾ ਜਦ ਮੈਂ ਸਿਪਾਹੀ ਦੀ ਕਥਾ ਲਿਖਣ ਲੱਗਦਾ ਤਾਂ ਅਨੰਦਪੁਰ ਸਾਹਿਬ ਵਿਖੇ ਸਿੰਘਾਸਣ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਭਾਏ ਮਾਨ ਨੇ ਪ੍ਰਸਾਦੀ ਹਾਥੀ ਚੌਰ ਚੱਲਦਾ, ਮੈਂ ਕਹਿੰਦਾ ਇਹ ਕੋਈ ਬਾਦਸ਼ਾਹ ਬੈਠਾ। ਪਰ ਕਹਿੰਦਾ ਜਦ ਮੈਂ ਬਾਦਸ਼ਾਹ ਦੀ ਕਥਾ ਲਿਖਦਾ ਤਾਂ ਮੇਰੀਆਂ ਅੱਖਾਂ ਸਾਵੇਂ ਮਾਛੀਵਾੜੇ ਦੇ ਜੰਗਲ ਦਾ ਹਾਲ ਹੈ, ਜਿੱਥੇ ਸਤਿਗੁਰੂ ਅਕਾਲ ਪੁਰਖ ਨੂੰ ਗਾ ਰਹੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਮੈਂ ਕਹਿੰਦਾ ਕੋਈ ਦਰਵੇਸ਼ ਗਾ ਰਿਹਾ। ਪਰ ਕਹਿੰਦਾ ਜਦ ਮੈਂ ਦਰਵੇਸ਼ ਦੀ ਕਥਾ ਲਿਖਦਾ ਤਾਂ ਕੇਸਗੜ੍ਹ ਸਾਹਿਬ ਦੇ ਮੈਦਾਨ ਵਿੱਚ ਪੰਜਾਂ ਪਿਆਰਿਆਂ ਦਾ ਸੀਸ ਮੰਗਦੇ ਅਤੇ ਫਿਰ ਅੰਮ੍ਰਿਤ ਦੀ ਦਾਤ ਦਿੰਦੇ ਕਲਗੀਧਰ ਪਾਤਸ਼ਾਹ, ਮੈਂ ਕਹਿੰਦਾ ਇਹ ਤਾਂ ਕੋਈ ਗੁਰੂ ਹੈ। ਪਰ ਕਹਿੰਦਾ ਜਦ ਮੈਂ ਗੁਰੂ ਦੀ ਕਥਾ ਲਿਖਦਾ ਤਾਂ ਪੰਜਾਂ ਪਿਆਰਿਆਂ ਤੋਂ ਨਤਮਸਤਕ ਹੋ ਕੇ ਅੰਮ੍ਰਿਤ ਦੀ ਦਾਤ ਖੁਦ ਮੰਗ ਰਹੇ ਨੇ ਕਿ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ, ਮੈਂ ਕਹਿੰਦਾ ਇਹ ਤਾਂ ਕੋਈ ਚੇਲਾ ਹੈ। ਪਰ ਕਹਿੰਦਾ ਜਦ ਮੈਂ ਚੇਲੇ ਦੀ ਕਥਾ ਲਿਖਦਾ ਤਾਂ ਚਮਕੌਰ ਸਾਹਿਬ ਦੀ ਜੰਗ ਹੁੰਦੀ ਹੈ, ਜਿੱਥੇ ਇੱਕ ਪਾਸੇ 40 ਸਿੰਘ ਨੇ ਇੱਕ ਪਾਸੇ ਲੱਖਾਂ ਮੁਗਲਾਂ ਦੀਆਂ ਫੌਜਾਂ ਨੇ, ਮੈਂ ਕਹਿੰਦਾ ਇਹ ਕੋਈ ਬਹਾਦਰ ਜਰਨੈਲ ਹੈ। ਪਰ ਜਦ ਬਹਾਦਰ ਜਰਨੈਲ ਦੀ ਕਥਾ ਲਿਖਦਾ ਤਾਂ ਪੌਂਟਾ ਸਾਹਿਬ ਵਿਖੇ ਬਪੌਰ ਸਾਹਿਬ ਵਿਖੇ ਸਤਿਗੁਰੂ ਬਾਣੀ ਰਚਦੇ ਨਜ਼ਰ ਆਉਂਦੇ ਨੇ, ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਜਲਸ ਤੂਹੀ ਥਲਸ ਤੂਹੀ ਤੂਹੀ ਤੂਹੀ, ਮੈਂ ਕਹਿੰਦਾ ਕੋਈ ਮਹਾਨ ਕਵੀ ਹੈ। ਕਹਿੰਦਾ ਮੈਂ ਕਲਮ ਛੱਡ ਦਿੱਤੀ ਕਿ ਮੈਂ ਇਨਸਾਫ਼ ਨਹੀਂ ਕਰ ਸਕਾਂਗਾ, ਮੈਂ ਇੱਕ ਸੰਤ ਦੀ ਕਥਾ ਲਿਖਾਂ ਜਾਂ ਇੱਕ ਸਿਪਾਹੀ ਦੀ ਕਥਾ ਲਿਖਾਂ, ਇੱਕ ਬਾਦਸ਼ਾਹ ਦੀ ਕਥਾ ਲਿਖਾਂ ਜਾਂ ਇੱਕ ਦਰਵੇਸ਼ ਦੀ ਕਥਾ ਲਿਖਾਂ, ਇੱਕ ਗੁਰੂ ਦੀ ਕਥਾ ਲਿਖਾਂਗਾ ਜਾਂ ਇੱਕ ਚੇਲੇ ਦੀ ਕਥਾ ਲਿਖਾਂਗਾ, ਇੱਕ ਬਹਾਦਰ ਜਰਨੈਲ ਦੀ ਕਥਾ ਲਿਖਾਂਗਾ ਜਾਂ ਇੱਕ ਮਹਾਨ ਕਵੀ ਦੀ ਕਥਾ ਲਿਖਾਂਗਾ। ਕਲਗੀਧਰ ਪਾਤਸ਼ਾਹ ਜਿਨ੍ਹਾਂ ਦਾ ਸਰੂਪ, ਜਿਨ੍ਹਾਂ ਦਾ ਵਜੂਦ, ਜਿਨ੍ਹਾਂ ਦੀ ਕਰਨੀ, ਸੰਸਾਰੀ ਉਮਰ ਬਹੁਤ ਥੋੜ੍ਹੀ ਹੈ, ਕੇਵਲ 42 ਸਾਲ, ਪਰ ਕਰਨੀ ਐਡੀ ਮਹਾਨ ਹੈ ਕਿ ਜਿੰਨੇ ਵੀ ਦੁਨੀਆ ਦੇ ਵਿਦਵਾਨਾਂ ਨੇ ਸਤਿਗੁਰਾਂ ਬਾਰੇ ਲਿਖਿਆ ਉਹਨਾਂ ਨੇ ਕਿਹਾ ਕਿ ਅਜਿਹਾ ਜੀਵਨ ਨਾ ਕਦੀ ਪੜ੍ਹਿਆ ਨਾ ਕਦੀ ਸੁਣਿਆ। ਅਤੇ ਜੇ ਸਤਿਗੁਰਾਂ ਦੇ ਜੀਵਨ ਨੂੰ ਜਾਣਨਾ ਹੋਵੇ, ਜਿਵੇਂ ਕੋਈ ਤੇਜ਼ ਰਫ਼ਤਾਰ ਘੋੜੇ 'ਤੇ ਸਵਾਰ ਹੋ ਕੇ ਕਿਸੇ ਸਥਾਨ ਨੂੰ ਤੱਕਦਾ, ਇਸ ਤਰ੍ਹਾਂ ਦਾ ਜੀਵਨ ਹੈ ਕਿ ਜਿਹੜਾ ਰੋਜ਼ਾਨਾ ਹੀ ਸੰਘਰਸ਼ ਹੈ, ਰੋਜ਼ਾਨਾ ਹੀ ਚੜ੍ਹਦੀ ਕਲਾ ਹੈ, ਔਰ ਦੁਨੀਆ ਵਿੱਚ ਯਕਦਮ ਬਹੁਤ ਕੁਝ ਵਾਪਰਦਾ, ਕਿਉਂਕਿ ਆਹ ਦਿਨ 'ਤੇ ਕੁਦਰਤੀ ਸਤਿਗੁਰਾਂ ਦੇ ਜਿਹੜੇ ਜੀਵਨ ਇਤਿਹਾਸ ਦੇ ਮਹਾਨ ਦਿਨ ਨੇ, ਜਿਹੜੇ ਹਰ ਧਰਤੀ 'ਤੇ ਇਹਨਾਂ ਦਿਨਾਂ 'ਚ ਚੌਹਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ, ਮਾਛੀਵਾੜੇ ਦੇ ਜੰਗਲ ਦਾ ਹਾਲ, ਚਮਕੌਰ ਦੀ ਜੰਗ, ਸਰਸਾ ਨਦੀ ਦਾ ਵਿਛੋੜਾ, ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣਾ, ਇਹ ਉਹ ਇਤਿਹਾਸ ਦੇ 7 ਦਿਨ ਨੇ ਜਿਹਨੂੰ 7 ਕਕਰੀਲੀਆਂ ਰਾਤਾਂ ਵੀ ਕਿਸੇ ਸ਼ਾਇਰ ਨੇ ਲਿਖਿਆ, ਔਰ ਇਹ 7 ਦਿਨ ਅਜਿਹਾ ਇਤਿਹਾਸ ਹੈ ਜਿਹਦਾ ਸਦਕਾ ਗੁਰੂ ਦਾ ਪੰਥ ਚੜ੍ਹਦੀ ਕਲਾ ਵਿੱਚ ਜਿਉਂਦਾ, ਔਰ ਇਤਿਹਾਸ ਸੁਣ ਕੇ ਆਪਣੇ ਗੁਰੂ ਦੇ ਪਿਆਰ ਵਿੱਚ ਫਿਰ ਗੁਰੂ ਘਰ ਨੂੰ ਪਰਤ ਆਉਂਦਾ, ਜੇ ਕੋਈ ਢਿੱਲਾ ਮੱਠਾ ਵੀ ਹੋਵੇ, ਕੋਈ ਮਨ ਕਰਕੇ ਟੁੱਟਿਆ ਵੀ ਹੋਵੇ, ਕੋਈ ਕਿਸੇ ਦੇ ਮਨ ਵਿੱਚ ਸ਼ੰਕਾ ਵੀ ਹੋਵੇ, ਤਾਂ ਇਹਨਾਂ 7 ਦਿਨਾਂ ਵਿੱਚ ਬੰਦੇ ਦੇ ਸ਼ੰਕੇ ਵੀ ਨਿਵਰਤ ਹੁੰਦੇ ਆ। ਦੁਨੀਆ ਦੇ ਇਤਿਹਾਸ ਵਿੱਚ ਐਸਾ ਕਦੀ ਨਹੀਂ ਹੋਇਆ ਜਦ ਗੁਰੂ ਗੋਬਿੰਦ ਸਿੰਘ ਮਹਾਰਾਜ ਗੁਰਿਆਈ 'ਤੇ ਆਉਂਦੇ ਨੇ ਤਾਂ 9 ਸਾਲ ਦੀ ਉਮਰ ਹੈ, ਕਿਉਂਕਿ 1675 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੁੰਦੀ ਹੈ। ਇੱਕ ਪਾਸੇ ਔਰੰਗਜ਼ੇਬ ਬਾਦਸ਼ਾਹ ਜਿਹੜਾ ਆਪਣੇ ਪਿਤਾ ਨੂੰ ਵੀ ਕੈਦ ਕਰ ਲੈਂਦਾ, ਭਰਾਵਾਂ ਨੂੰ ਵੀ ਕਤਲ ਕਰ ਦਿੰਦਾ, ਅਤੇ ਅਜਿਹੇ ਜ਼ਾਲਮ ਬਾਦਸ਼ਾਹ ਜੀ ਜਿਹੜਾ ਰਾਜ ਸੱਤਾ 'ਤੇ ਹੋਵੇ, ਉਹਦੇ ਮੁਕਾਬਲੇ ਵਿੱਚ ਕਸ਼ਮੀਰੀ ਪੰਡਿਤ ਫਰਿਆਦ ਲੈ ਕੇ ਆਏ। ਆਪਾਂ ਇਤਿਹਾਸ ਜਾਣਦੇ ਹਾਂ, 9ਵੇਂ ਪਾਤਸ਼ਾਹ ਕਹਿੰਦੇ ਕਿਸੇ ਮਹਾਂਬਲੀ ਦੇ ਬਲੀਦਾਨ ਦੀ ਲੋੜ ਹੈ, ਕਿਉਂਕਿ ਹਿੰਦੁਸਤਾਨ ਮੌਤ ਤੋਂ ਡਰ ਕੇ ਕੰਬ ਰਿਹਾ। ਅਤੇ ਗੁਰੂ ਗੋਬਿੰਦ ਰਾਏ ਕਹਿੰਦੇ ਕਿ ਪਿਤਾ ਜੀ, ਤੁਹਾਡੇ ਤੋਂ ਵੱਡਾ ਮਹਾਂਬਲੀ ਕੌਣ ਹੋ ਸਕਦਾ। 9ਵੇਂ ਪਾਤਸ਼ਾਹ ਸ਼ਹਾਦਤ ਦੇਣ ਲਈ ਜਾਂਦੇ ਆ, ਸ਼ਹਾਦਤ ਹੁੰਦੀ ਹੈ,
ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਦੁਨੀਆ ਵਿੱਚ ਜਦੋਂ ਕੋਈ ਕਿਸੇ ਨੂੰ ਗਰਿਆਈ ਮਿਲਦੀ ਆ, ਅੱਜ ਵੀ ਸਾਡੀ ਪਰੰਪਰਾ, ਕੋਈ ਜਥੇਦਾਰ ਨਵਾਂ ਚੁਣਿਆ ਜਾਂਦਾ, ਕੋਈ ਸੰਪਰਦਾ ਟਕਸਾਲ ਦਾ ਮੁਖੀ ਨਵਾਂ ਚੁਣਿਆ ਜਾਂਦਾ, ਤਾਂ ਲੋਕ ਸਰੋਪਾਉ ਲੈ ਕੇ, ਲੋਈਆਂ ਲੈ ਕੇ, ਫੁੱਲ ਲੈ ਕੇ ਸਤਿਕਾਰ ਵਿੱਚ ਜਾਂਦੇ ਨੇ ਕਿ ਤੁਸੀਂ ਬਿਰਾਜਮਾਨ ਹੋ ਰਹੇ ਹੋ ਗੁਰਗੱਦੀ 'ਤੇ। ਪਰ ਗੁਰੂ ਗੋਬਿੰਦ ਰਾਏ ਮਤਲਬ ਗੁਰਿਆਈ 'ਤੇ ਬਿਰਾਜਮਾਨ ਹੁੰਦੇ ਆ ਅਤੇ ਕੀ ਮਿਲਦਾ? ਆਪਣੇ ਪਿਤਾ ਦਾ ਕੱਟਿਆ ਹੋਇਆ ਸੀਸ, ਮਤਲਬ ਜਿਹੜਾ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਦਿੱਲੀ ਤੋਂ 250-300 ਮੀਲ ਦੂਰ ਰਾਤਾਂ ਝਾਕ ਕੇ ਨੌਵੇਂ ਪਾਤਸ਼ਾਹ ਦਾ ਸੀਸ ਚਾਂਦਨੀ ਚੌਕ ਤੋਂ ਲੈ ਕੇ ਅਨੰਦਪੁਰ ਸਾਹਿਬ ਵਿਖੇ ਆਉਂਦਾ, ਔਰ ਦੁਨੀਆ ਦੇ ਇਤਿਹਾਸ ਵਿੱਚ ਕਿਸੇ ਰਾਜੇ ਦੇ ਜੀਵਨ ਵਿੱਚ, ਕਿਸੇ ਮੁਖੀ ਦੇ ਜੀਵਨ ਵਿੱਚ ਇਹੋ ਜਿਹਾ ਸਮਾਂ ਨਹੀਂ ਆਇਆ ਹੋਏਗਾ ਕਿ ਗੁਰਿਆਈ 'ਤੇ ਬੈਠਣਾ ਹੋਵੇ ਤਾਂ ਸਰੋਪਿਆਂ ਦੀ ਥਾਂ, ਫੁੱਲਾਂ ਦੇ ਗੁਲਦਸਤਿਆਂ ਦੀ ਭੇਟਾ ਦੀ ਥਾਂ ਪਿਤਾ ਦਾ ਕੱਟਿਆ ਹੋਇਆ ਸੀਸ ਮਿਲੇ ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ। ਜੇ ਅਸੀਂ ਇਤਿਹਾਸ ਦੇ ਵਿਦਿਆਰਥੀ ਬਣ ਕੇ ਦੇਖੀਏ ਤਾਂ ਕੇਵਲ 9 ਸਾਲ ਦੀ ਸੰਸਾਰੀ ਉਮਰ ਹੋਵੇ, ਇੱਕ ਪਾਸੇ ਔਰੰਗਜ਼ੇਬ ਵਰਗਾ ਜ਼ਾਲਮ ਬਾਦਸ਼ਾਹ ਹੋਵੇ, ਇੱਕ ਪਾਸੇ ਪਿਤਾ ਦੀ ਸ਼ਹਾਦਤ ਹੋਵੇ, ਅਤੇ ਜਿਹੜੀ ਆਵਾਮ ਹੈ, ਜਿਹੜਾ ਸਾਡਾ ਸਿੱਖ ਸਮਾਜ ਹੈ, ਉਹ ਜਿੰਨੀ ਵੀ ਗਿਣਤੀ ਵਿੱਚ ਹੋਵੇ, ਸਾਰੇ ਲੋਕ ਚੜ੍ਹਦੀ ਕਲਾ ਵਾਲੇ ਨਹੀਂ ਹੁੰਦੇ, ਕੁਝ ਲੋਕ ਡਰਦੇ ਵੀ ਨੇ ਕਿਉਂਕਿ ਮੌਤ ਦਾ ਡਰ ਬੜਾ ਵੱਡਾ ਹੈ। ਅਜਿਹੇ ਹਾਲਾਤਾਂ ਵਿੱਚ ਇੱਕ ਕੌਮ ਨੂੰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਨਿਰਮਲ ਪੰਥ ਹੈ, ਤੀਸਰ ਪੰਥ ਹੈ, ਗੁਰੂ ਪੰਥ ਹੈ, ਨਿਆਰਾ ਪੰਥ ਹੈ, ਉਹਦੀ ਹੋਂਦ ਨੂੰ ਵੀ ਸੰਭਾਲਣਾ, ਉਹਦੇ ਫਲਸਫੇ ਨੂੰ ਕਾਇਮ ਰੱਖਣਾ ਅਤੇ ਸੰਗਤਾਂ ਨੂੰ ਵਿਚਾਰ ਕਰਕੇ ਡੋਲਣ ਵੀ ਨਾ ਦੇਣਾ, ਉਹਨਾਂ ਨੂੰ ਡਰ ਮੁਕਤ ਵੀ ਕਰਨਾ, ਉਹਨਾਂ ਨੂੰ ਜ਼ੁਰਤ ਵੀ ਦੇਣੀ, ਦਲੇਰੀ ਵੀ ਦੇਣੀ, ਹਿੰਮਤ ਵੀ ਦੇਣੀ, ਬਹਾਦਰੀ ਵੀ ਦੇਣੀ, ਤਾਂ ਉਹਨਾਂ ਨੂੰ ਢਾਰਸ ਵੀ ਦੇਣੀ ਕਿ ਕੋਈ ਪਰਵਾਹ ਨਹੀਂ, ਇਹ ਕੋਈ ਸਧਾਰਨ ਵਰਤਾਰਾ ਨਹੀਂ ਹੈ, ਇਹ ਇੱਕ ਬੜੀ ਵੱਡੀ ਜ਼ਾਲਮ ਸਲਤਨਤ ਦੇ ਨਾਲ ਟੱਕਰ ਵੀ ਹੈ, ਇਹ ਇੱਕ ਨਿਰਮਲ ਪੰਥ ਦੀ ਹੋਂਦ ਦਾ ਸਵਾਲ ਵੀ ਹੈ ਕਿ ਕਈ ਵਾਰੀ ਕੌਮਾਂ ਵਿੱਚ, ਪਰਿਵਾਰਾਂ ਵਿੱਚ, ਜਥੇਬੰਦੀਆਂ ਵਿੱਚ ਅਜਿਹਾ ਸਮਾਂ ਆਉਂਦਾ ਕਿ ਜਾਂ ਬਿਲਕੁਲ ਇੱਕ ਪਾਸੇ ਜਾਂ ਬਿਲਕੁਲ ਦੂਜੇ ਪਾਸੇ। ਅਜਿਹੇ ਸਮੇਂ ਵਿੱਚ ਇੰਨਾ ਬੈਲੈਂਸ ਰੱਖ ਕੇ ਆਪਣੀ ਕੌਮ ਦੀ ਸਤਿਗੁਰਾਂ ਨੇ ਅਗਵਾਈ ਕੀਤੀ ਔਰ ਭਾਈ ਜੈਤਾ ਜੀ ਨੂੰ ਵਰ ਦਿੱਤਾ ਕਿ ਰੰਗਰੇਟਾ ਗੁਰੂ ਕਾ ਬੇਟਾ, ਕਿਉਂਕਿ ਆਮ ਤੌਰ 'ਤੇ ਭਾਰਤੀ ਸੱਭਿਆਚਾਰ ਵਿੱਚ ਜਿਹੜੇ ਕੁਝ ਬਰਾਦਰੀਆਂ ਨੂੰ ਸ਼ੂਦਰ ਕਹਿ ਕੇ ਦਰਕਾਰਿਆ ਗਿਆ, ਪਰ ਗੁਰੂ ਨਾਨਕ ਦਾ ਘਰ ਹੈ ਕਿ ਜੇ ਕਿਸੇ ਨੂੰ ਸ਼ੂਦਰ ਵੀ ਕਿਹਾ ਤਾਂ ਗੁਰੂ ਨਾਨਕ ਦੇ ਘਰ ਨੇ ਉਹਨੂੰ ਪਿਆਰ ਨਾਲ ਸੰਗ ਬਿਠਾਇਆ, ਸੰਗਤ ਦਿੱਤੀ, ਪੰਗਤ ਦਿੱਤੀ, ਪਿਆਰ ਦਿੱਤਾ, ਅਤੇ ਦਸਵੇਂ ਪਾਤਸ਼ਾਹ ਗੁਰੂ ਦਾ ਪੁੱਤ ਕਹਿ ਕੇ ਉਹਨੂੰ ਮਾਣ ਦਿੰਦੇ ਆ। ਨਾਲ ਇੱਕ ਸਵਾਲ ਵੀ ਕੀਤਾ ਕਿ ਦਿੱਲੀ ਦੇ ਵਿੱਚ ਇੰਨੇ ਸਿੱਖ ਵੀ ਤਾਂ ਹੋਣਗੇ ਜਿਹੜੇ ਉਸ ਸਮੇਂ ਹਾਜ਼ਰ ਹੋਣਗੇ, ਅਤੇ ਭਾਈ ਜੈਤਾ ਜੀ ਨੇ ਕਿਹਾ ਕਿ ਸਿੱਖ ਤਾਂ ਸਨ ਪਰ ਛੁਪੇ ਹੋਏ ਖੜ੍ਹੇ ਸਨ। ਕਲਗੀਧਰ ਪਾਤਸ਼ਾਹ ਕਹਿੰਦੇ ਕਿ ਮੈਂ ਇਹੋ ਜਿਹਾ ਸਰੂਪ ਦੇਵਾਂਗਾ ਆਪਣੇ ਸਿੱਖ ਨੂੰ, ਇਹ ਲੱਖਾਂ ਵਿੱਚ ਖੜ੍ਹਾ ਵੀ ਛੁਪੇਗਾ ਨਹੀਂ। ਔਰ ਆਹ ਜਿਹੜੀ ਖਾਸ ਕਰਕੇ ਸਾਡਾ ਸਰੂਪ ਹੈ, ਸਾਡੀ ਦਸਤਾਰ, ਸਾਡੇ ਕਕਾਰ, ਸਾਡੇ ਬੋਲੇ, ਇਹ ਉਹ ਸ਼ਕਤੀ ਹੈ ਕਿ ਕੋਈ ਸਿੱਖ ਛੁਪਣਾ ਵੀ ਚਾਹੇ ਉਹਦਾ ਸਰੂਪ ਉਹਨੂੰ ਫਿਰ ਨਿਆਰਾਪਣ ਦਿੰਦਾ। ਅਤੇ ਢਾਡੀ ਗਾਉਂਦੇ ਹੁੰਦੇ ਸੀ, ਐਸਾ ਸਾਜੂ ਸਿੱਖ ਛੁਪੇ ਨਾ ਲੱਖਾਂ ਵਿੱਚ ਖੜ੍ਹਾ, ਕਲਗੀਧਰ ਪਾਤਸ਼ਾਹ ਦੇ ਪ੍ਰਸੰਗ ਵਿੱਚ ਵੀ ਹੁਣ ਮੈਂ ਇਹੋ ਜਿਹਾ ਸਿੱਖ ਸਾਜੂੰਗਾ ਜਿਹੜਾ ਲੱਖਾਂ ਵਿੱਚ ਖੜ੍ਹਾ ਵੀ ਛੁਪੇਗਾ ਨਹੀਂ, ਉਹਦੀ ਨਿਆਰੀ ਪਹਿਚਾਣ ਹੋਏਗੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇੱਕ ਮਾਡਲ ਤਿਆਰ ਕੀਤਾ ਜੋ ਪਹਿਲੇ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੇਰੀ ਆਓ। ਜੇ ਪ੍ਰੇਮ ਦੀ ਗਲੀ ਵਿੱਚ ਤੁਰਨ ਦਾ ਚਾਓ ਹੈ ਤਾਂ ਆਪਣਾ ਸਿਰ ਤਲੀ 'ਤੇ ਰੱਖ ਕੇ ਆਓ। ਸਿਰ ਤਲੀ 'ਤੇ ਰੱਖਣਾ, ਸਿਰ ਵਾਰਨਾ ਵੀ ਹੁੰਦਾ ਅਤੇ ਸਿਰ ਤਲੀ 'ਤੇ ਰੱਖਣਾ, ਕਿਉਂਕਿ ਸਿਰ ਵਿੱਚ ਸਾਡਾ ਦਿਮਾਗ ਹੈ ਅਤੇ ਦਿਮਾਗ ਵਿੱਚ ਸਾਡੀ ਵਿਚਾਰ ਸ਼ਕਤੀ ਹੈ, ਇਹ ਵਿਚਾਰ ਸ਼ਕਤੀ ਹੀ ਸਾਨੂੰ ਕਈ ਵਾਰੀ ਕਿਸੇ ਅੱਗੇ ਨਿਆਉਣ ਨਹੀਂ ਦਿੰਦੀ। ਬੰਦਾ ਆਪਣਾ ਸਿਰ ਉੱਚਾ ਕਰਦਾ, ਹੰਕਾਰੀ ਬੰਦਾ ਵੀ ਸਿਰ ਉੱਚਾ ਕਰਦਾ ਕਿ ਮੇਰੇ ਸਿਰ 'ਚ ਬਹੁਤ ਵੱਡੀ ਅਕਲ ਹੈ। ਸਤਿਗੁਰੂ ਕਹਿੰਦੇ ਕਿ ਆਪਣੀ ਅਕਲ, ਆਪਣੀ ਮਤ
ਤਲੀ ਤੇ ਧਰ ਕੇ ਸਿਰ ਹੁਣ ਗੁਰੂ ਨੂੰ ਸੌਂਪ ਦਿਓ, ਸਤਿਗੁਰ ਆਗੇ ਸੀਸ ਭੇਟ ਦਿਓ, ਬਾਣੀ 'ਚ ਆਉਂਦਾ। ਇਸ ਲਈ ਭੇਟਾ ਕਰਨਾ ਜਾਂ ਨਮਸਕਾਰ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਮੱਥਾ ਇਸ ਲਈ ਟੇਕਦੇ ਹਾਂ ਕਿ ਅੱਜ ਤੋਂ ਹੇ ਸਤਿਗੁਰੂ ਸਾਡੀ ਕੋਈ ਸੋਚ ਨਹੀਂ, ਜੋ ਤੁਸੀਂ ਮਤ ਦਿਓਗੇ, ਜੋ ਤੁਸੀਂ ਗਿਆਨ ਦਿਓਗੇ, ਜੋ ਤੁਸੀਂ ਭਾਵਨਾ ਸ਼ਰਧਾ ਵਿਚਾਰ ਦਿਓਗੇ, ਉਹਨਾਂ ਨੂੰ ਅਸੀਂ ਗ੍ਰਹਿਣ ਕਰਾਂਗੇ। ਉਹ ਜਿਹੜਾ ਇਤ ਮਾਰਗ ਪੈਰ ਤ੍ਰੀਜੈ ਸਿਰ ਦੀਜੈ ਕਾਣ ਨਾ ਕੀਜੈ, ਸਤਿਗੁਰੂ ਪਹਿਲੇ ਜਾਮੇ 'ਚ ਕਹਿੰਦੇ ਕਿ ਇਸ ਮਾਰਗ 'ਤੇ ਪੱਥ, ਪੱਥ ਵੀ ਰਸਤੇ ਨੂੰ ਕਹਿੰਦੇ ਆ ਅਤੇ ਪੰਥ ਦਾ ਅਰਥ ਵੀ ਰਸਤਾ। ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ ਦੀ ਭਾਵਨਾ ਵਾਲੇ ਜੋ ਲੋਕ ਇੱਕ ਮਾਰਗ 'ਤੇ ਚੱਲਦੇ ਆ ਉਹਨੂੰ ਪੱਥ ਜਾਂ ਪੰਥ ਕਿਹਾ ਜਾਂਦਾ। ਪੰਥ ਦਾ ਅਰਥ ਵੀ ਇਹੋ ਹੈ ਕਿ ਅਸੀਂ ਕਹਿੰਦੇ ਸਾਡਾ ਨਿਆਰਾ ਪੰਥ, ਕਿ ਅਸੀਂ ਇੱਕ ਸੋਚ ਵਾਲੇ, ਇੱਕ ਗੁਰੂ ਗ੍ਰੰਥ ਗੁਰੂ ਪੰਥ ਨੂੰ ਸਮਰਪਿਤ ਹੋ ਕੇ ਜਿਹੜੇ ਚੱਲਣ ਵਾਲੇ ਆ ਉਹ ਗੁਰੂ ਦਾ ਪੰਥ ਹੈ। ਇਸ ਲਈ ਕਲਗੀਧਰ ਪਾਤਸ਼ਾਹ ਜੀ ਨੇ, ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਪਹਿਲੇ ਜਾਮੇ ਵਿੱਚ ਇੱਕ ਸਿੱਖ ਦਾ ਸਰੂਪ ਚਿੱਤਰਿਆ ਅਤੇ ਦਸਵੇਂ ਜਾਮੇ ਵਿੱਚ ਉਸੇ ਸਰੂਪ ਨੂੰ ਸੰਪੂਰਨਤਾ ਬਖਸ਼ਿਸ਼ ਕਰਦੇ ਨੇ। ਪੰਥ ਦੀ ਸਾਜਨਾ ਬਾਰੇ ਕਾਫੀ ਇਤਿਹਾਸ ਆਪ ਜੀ ਨੇ ਪੜ੍ਹਿਆ। ਸਤਿਗੁਰਾਂ ਦੀ 33 ਸਾਲ ਦੀ ਤਕਰੀਬਨ ਉਮਰ ਸੀ, 1666 ਦਾ ਪ੍ਰਕਾਸ਼ ਹੈ, 1699 ਵਿੱਚ ਪੰਥ ਦੀ ਸਾਜਨਾ ਹੁੰਦੀ ਹੈ ਅਤੇ 32-33 ਸਾਲ ਦੀ ਉਮਰ ਇੱਕ ਸੰਸਾਰੀ ਤਲ 'ਤੇ ਜਿਹੜੀ ਹੈ ਜਵਾਨ ਪੁਰਸ਼ ਦੀ ਉਮਰ ਹੈ। ਪਰ ਦੁਨੀਆ ਨੂੰ ਡਰ ਤੋਂ ਮੁਕਤ ਕਰਨ ਵਾਸਤੇ ਅਤੇ ਤੀਸਰ ਪੰਥ ਦੀ ਇਸ ਨਿਆਰੀ ਘਾੜਤ ਨੂੰ ਘੜਨ ਵਾਸਤੇ ਸਤਿਗੁਰਾਂ ਨੇ ਵਿਸਾਖੀ ਦਾ ਦਿਨ ਚੁਣਿਆ, ਕਿਉਂਕਿ ਸਾਡੇ ਜੋੜ ਮੇਲੇ ਸਨ, ਸਾਡੇ ਕੋਲ ਸਾਧਨ ਅੱਜ ਤੋਂ 350 ਸਾਲ ਪਹਿਲਾਂ ਅਜਿਹੇ ਨਹੀਂ ਸਨ। ਕੁਝ ਦਿਨ ਚੁਣੇ ਗਏ। ਵਿਸਾਖੀ ਦਾ ਮੇਲਾ ਗੋਇੰਦਵਾਲ ਸਾਹਿਬ ਤੋਂ ਤੀਸਰੇ ਪਾਤਸ਼ਾਹ ਨੇ ਸ਼ੁਰੂ ਕੀਤਾ ਸੀ, ਸਾਡੇ ਇਤਿਹਾਸ ਵਿੱਚ ਆਉਂਦਾ। ਭਾਈ ਪਾਰੋ ਜੀ ਨੇ ਕਿਹਾ, ਬੇਨਤੀ ਕੀਤੀ, ਸਤਿਗੁਰੂ ਜੀਓ ਜਿੱਥੇ ਜਿੱਥੇ ਵੀ ਸਿੱਖ ਵੱਸਦੇ ਨੇ ਇਹਨਾਂ ਨੂੰ ਕੋਈ ਜੋੜ ਮੇਲਾ ਦੇਈਏ ਤਾਂ ਕਿ ਅਸੀਂ ਇਕੱਠੇ ਹੋਇਆ ਕਰੀਏ। ਅਤੇ ਸਤਿਗੁਰਾਂ ਨੇ ਵਿਸਾਖੀ ਦਾ ਜਿਹੜਾ ਜੋੜ ਮੇਲਾ ਗੋਇੰਦਵਾਲ ਸਾਹਿਬ ਤੋਂ ਸ਼ੁਰੂ ਹੋਇਆ, ਫਿਰ ਪੱਕੇ ਰੂਪ ਵਿੱਚ ਹਰ ਵਿਸਾਖੀ 'ਤੇ ਸੰਗਤਾਂ ਨੇ ਜੁੜਨਾ ਹੀ ਜੁੜਨਾ। ਇਸੇ ਲਈ ਸਾਡੇ ਮੱਸਿਆ ਦੇ ਜੋੜ ਮੇਲੇ, ਪੁੰਨਿਆਂ ਦੇ ਜੋੜ ਮੇਲੇ ਦਿਨ ਯਾਦ ਰਹਿੰਦੇ ਸਨ, ਕਿਉਂਕਿ ਚਾਨਣਾ ਪੱਖ ਆ ਗਿਆ, ਹਨੇਰਾ ਪੱਖ ਆ ਗਿਆ, ਸੰਗਰਾਂਦ ਦੇ ਜੋੜ ਮੇਲੇ, ਇਹ ਸਾਡੀ ਸਿੱਖੀ ਦੇ ਪ੍ਰਚਾਰ ਅਤੇ ਪਸਾਰ ਦੇ ਮੁੱਖ ਸਰੋਤ ਸਨ ਕਿ ਅਸੀਂ ਜਦੋਂ ਇਕੱਠੇ ਹੋਵਾਂਗੇ, ਅਸੀਂ ਕੋਈ ਪੰਥਕ ਵਿਚਾਰਾਂ ਕਰਾਂਗੇ, ਕੁਝ ਸੁਣਾਂਗੇ, ਕੁਝ ਕਹਾਂਗੇ, ਕੁਝ ਉਤਸ਼ਾਹ ਪੈਦਾ ਹੁੰਦਾ। ਇਕੱਠ ਵਿੱਚ ਆਪਾਂ ਇਹ ਜਿਹੜਾ ਸਾਡਾ ਗੁਰਮਤ ਫੈਮਿਲੀ ਕੈਂਪ ਹੈ, ਇਹ ਸਾਨੂੰ ਇੱਕ ਦੂਜੇ ਦਾ ਸਾਡਾ ਮਿਲਾਪ ਵੀ ਹੋਇਆ, ਇਹ ਬਿੱਧ ਬਣੀ ਆ ਅਤੇ ਆਪਾਂ ਸਾਰੇ ਇਕੱਠੇ ਹੋਏ ਹਾਂ। ਅਗਰ ਇਹ ਭਾਈ ਸਾਹਿਬ ਹੋਰੀ ਬਿੱਧ ਹੀ ਨਾ ਬਣੇ, ਆਪਾਂ ਕਿੰਨੇ ਕਿੰਨੇ ਜਗ੍ਹਾ ਤੋਂ, ਕੋਈ ਸਿਡਨੀ ਤੋਂ ਆਏ, ਕੋਈ ਨਿਊਜ਼ੀਲੈਂਡ ਤੋਂ ਆਏ, ਕੁਝ ਇੱਥੇ ਵੀ ਇੱਕ ਦੂਜੇ ਨੂੰ ਨਹੀਂ ਸੋ ਜਾਣਦੇ, ਇਹ ਇੱਕ ਭਾਈਚਾਰੇ ਵਿੱਚ ਭਾਈਚਾਰਕ ਤੰਦਾਂ ਨੂੰ ਮਜ਼ਬੂਤ ਹੁੰਦੀਆਂ ਨੇ। ਅਤੇ ਜੇ ਆਪਣਾ ਇੰਨਾ ਕੁ ਜੋੜ ਮੇਲਾ ਇੱਕ ਵੱਡੀ ਵੱਡੀ ਮਾਨਤਾ ਰੱਖਦਾ, ਅਤੇ ਜਦੋਂ ਪੰਥਕ ਰੂਪ ਵਿੱਚ ਸਿੱਖ ਇਕੱਠੇ ਹੁੰਦੇ ਸਨ ਤਾਂ ਕੁਦਰਤੀ ਹੈ ਕਿ ਉਹ ਵੱਡੇ ਫੈਸਲੇ ਕਰਨਗੇ, ਇੱਕ ਦੂਸਰੇ ਦੇ ਜੀਵਨ ਤੋਂ ਵੇਖ ਕੇ ਉਤਸ਼ਾਹ ਪੈਦਾ ਹੁੰਦਾ। ਇਕੱਲਾ ਬੰਦਾ ਆਪਣੀ ਸੋਚ ਨਾਲ ਜਿਉਂਦਾ, ਉਹ ਪਤਾ ਨਹੀਂ ਹੁਣ ਹਰ ਬੰਦੇ ਦਾ ਸੁਭਾਅ ਹੁੰਦਾ, ਕੋਈ ਕਿੰਨੇ ਵਜੇ ਜਾਗਦਾ, ਕੋਈ ਕਿੰਨੇ ਵਜੇ ਸੌਂਦਾ। ਇੱਥੇ 6-7 ਦਿਨਾਂ ਵਿੱਚ ਕੁਝ ਨਵਾਂ ਬਹੁਤ ਕੁਝ ਹੁੰਦਾ। ਭਾਈ ਅੰਮ੍ਰਿਤ ਵੇਲੇ ਦੀ ਵੀ ਮਹਾਨਤਾ ਹੈ, ਐਂ ਦਰਬਾਰ ਸੱਜਦੇ ਨੇ, ਇੰਝ ਆਪਾਂ ਇਕੱਠੇ ਹੁੰਦੇ ਹਾਂ, ਵਿਚਾਰ ਗੋਸ਼ਟੀ ਕਰਦੇ ਹਾਂ, ਇੱਕ ਦੂਜੇ ਨਾਲ ਆਦਾਨ ਪ੍ਰਦਾਨ ਹੁੰਦਾ ਗਿਆਨ ਦਾ। ਕਲਗੀਧਰ ਪਾਤਸ਼ਾਹ ਜੀ ਨੇ ਵਿਸਾਖੀ 'ਤੇ ਹੁਕਮਨਾਮੇ ਭੇਜੇ, ਬਹੁਤ ਸੰਗਤਾਂ ਇਕੱਠ ਹੋਈਆਂ, ਕਿਹਾ ਜਾਂਦਾ ਕਿ 80,000 ਦਾ ਇਕੱਠ ਸੀ। ਸਤਿਗੁਰਾਂ ਨੇ ਇੱਕ ਕੌਤਕ ਰਚਿਆ, ਇਹ ਸਾਰਾ ਕਾਰਜ ਇੱਕ ਤੰਬੂ ਵਿੱਚ ਹੋਇਆ। 5 ਸਿਰਾਂ ਦੀ ਮੰਗ ਕੀਤੀ। ਇੱਕ ਵਾਰੀ ਸੰਗਤ ਵਿੱਚ ਬਹੁਤ ਵੱਡੀ ਦਹਿਸ਼ ਸੀ, ਦੇਖੋ ਰਾਤੀਂ ਸਧਾਰਨ ਇੱਕ ਨਾਟਕ ਸੀਗਾ, ਤਾਂ ਜਦੋਂ ਉਹ ਲੜ ਪਏ ਅਤੇ ਬੱਚੇ ਵੀ ਕੁਝ ਰੋ ਪਏ ਵੀ ਸਾਡੇ ਬਾਪੂ ਲੜ ਪਏ ਨੇ, ਅਤੇ ਕੁਝ ਸੰਗਤ ਵਿੱਚ ਵੀ ਹੋਇਆ ਵੀ ਸ਼ਾਇਦ ਉਹਦੇ ਕਿਤੇ ਗਲਤ ਥਾਂ 'ਤੇ ਲੱਤ ਬਾਂਹ ਵੱਜ ਗਈ ਆ, ਬੰਦਾ ਤੜਫੀ ਜਾਂਦਾ, ਅਤੇ ਆਪਾਂ ਥੋੜ੍ਹੇ ਜਿਹੇ ਸਾਂ, ਪਤਾ ਵੀ ਸੀ ਨਾਟਕ ਵੇਖਣ ਆਏ ਹਾਂ, ਫਿਰ ਵੀ ਕੁਝ ਕਦੇ ਮਨਾਂ ਵਿੱਚ ਹੋ ਗਿਆ ਵੀ ਕੁਛ ਹੋ ਗਿਆ। ਅਤੇ ਜਿੱਥੇ 80,000 ਦਾ ਇਕੱਠ ਹੋਵੇ, ਕਿਸੇ ਨੂੰ ਕੁਝ ਨਹੀਂ ਦੱਸਿਆ ਗਿਆ ਹੋਵੇ, ਅਤੇ ਉੱਥੇ ਜਦੋਂ ਸਤਿਗੁਰੂ ਇੱਕ ਕੌਤਕ ਵਰਤਾਉਂਦੇ ਹੈ ਅਤੇ ਸੀਸ ਦੀ ਮੰਗ ਕਰਦੇ ਹੈ, ਅਤੇ 5 ਪਿਆਰਿਆਂ ਨੇ ਵਾਰੀ ਵਾਰੀ ਸੀਸ ਭੇਟ ਕੀਤੇ। ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ, ਆਪਾਂ ਹੁਣ ਤਾਂ ਸਿੰਘ ਕਹਿ ਕੇ ਸੰਬੋਧਨ ਕਰਦੇ ਹਾਂ,
ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਇਹ ਇੱਕ ਪਰਖ ਦੀ ਘੜੀ ਹੈ। ਕਿਹਾ ਜਾਂਦਾ ਕਿ ਜਿਹੜੇ ਮਸੰਦ ਸਨ ਬੈਠੇ, ਉਹਨਾਂ ਨੇ ਮਾਤਾ ਗੁਜਰੀ ਜੀ ਕੋਲ ਜਾ ਕੇ ਸ਼ਿਕਾਇਤ ਵੀ ਲਾਈ ਵੀ ਗੋਬਿੰਦ ਰਾਏ ਨੇ ਪਤਾ ਨਹੀਂ ਕੀ ਕਰ ਰਹੇ ਨੇ, ਉਹ ਸਿਰਾ ਸਿੱਖਾਂ ਦੇ ਸਿਰ ਵੱਢੀ ਜਾਂਦੇ ਹੈ, ਅਤੇ ਪਤਾ ਨਹੀਂ ਕੀ ਹੋ ਗਿਆ, ਉਹਨਾਂ ਦੀ ਕੋਈ ਗਲਤ ਫਹਿਮੀ ਹੋ ਗਈ ਹੈ, ਅਤੇ ਤੁਸੀਂ ਜਾ ਕੇ ਬਚਾਓ, ਉਹਨਾਂ ਨੇ ਸਿੱਖਾਂ ਨੂੰ ਕਤਲ ਕਰ ਦੇਣਾ। ਇਹੋ ਜਿਹੀ ਭਾਵਨਾ ਸਹਿਜ ਭਾਵੀ ਵਰਤਾਰਾ, ਕਿਉਂਕਿ ਜਿਹੜਾ ਬੰਦਾ ਗੁਰੂ 'ਤੇ ਭਰੋਸਾ ਨਹੀਂ ਆ, ਉਹ 100 ਸ਼ੰਕੇ ਪੈਦਾ ਕਰੇਗਾ। ਭਰੋਸੇ ਵਾਲੇ ਨੂੰ ਸ਼ੰਕਾ ਨਹੀਂ ਹੁੰਦਾ, ਭਰੋਸੇ ਵਾਲੇ ਟਿਕ ਕੇ ਬੈਠੇ ਰਹੇ ਕਿ ਗੁਰੂ ਹੈ, ਗੁਰੂ ਦੇ ਕੌਤਕ ਨੇ, ਪਰ ਸ਼ੰਕਾਵਾਦੀ ਦੌੜ ਕੇ ਮਾਤਾ ਗੁਜਰੀ ਜੀ ਪਾਸ ਗਏ, ਕਈ ਡਰਦੇ ਭੱਜ ਵੀ ਗਏ। ਕਿਹਾ ਜਾਂਦਾ ਕਿ ਇੰਨੇ ਇਕੱਠ ਵਿੱਚੋਂ 5 ਨੇ ਸੀਸ ਭੇਟ ਕੀਤੇ। ਸੀਸ ਭੇਟ ਕਰਨਾ ਕਿ ਉਹਨਾਂ ਵਿੱਚ ਇੰਨਾ ਬਲ ਹੈ ਕਿ ਸਤਿਗੁਰੂ ਸੀਸ ਤਾਂ ਹੈ ਹੀ ਤੁਹਾਡਾ। ਇਹ ਬਿਰਤੀ ਕਦੇ ਕਦੇ ਪੈਦਾ ਹੁੰਦੀ ਹੈ, ਇਸੇ ਲਈ ਅਸੀਂ ਜੁਗਾਂ ਜਗੰਤਰਾਂ ਤੱਕ ਉਹਨਾਂ 5 ਪਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਰਹਿਣਾ, 5 ਨੂੰ ਮਾਣ ਦਿੰਦੇ ਹਾਂ। ਅੱਜ ਵੀ ਜਿੱਥੇ 5 ਪਿਆਰੇ ਉਹ ਬਾਣਾ ਸਜਾ ਕੇ ਅਗਵਾਈ ਕਰਦੇ ਨਗਰ ਕੀਰਤਨ ਦੀ, ਅਸੀਂ ਨਮਸਕਾਰ ਕਰਦੇ ਹਾਂ, ਪਰ ਸਾਡੇ ਕੋਲ ਸਤਿਕਾਰ ਤਾਂ 1699 ਦੀ ਵਿਸਾਖੀ ਵਾਲਾ ਹੀ ਹੈ, ਜਿਹੜਾ ਸਾਡੇ ਹਿਰਦੇ 'ਚ ਬੈਠਾ ਹੋਇਆ। ਸਤਿਗੁਰਾਂ ਨੇ 5 ਨੂੰ ਸਰਬਲੋਹ ਦੇ ਬਾਟੇ ਵਿੱਚ ਸਤਲੁਜ ਦਾ ਜਲ ਪਾ ਕੇ, ਮਾਤਾ ਜੀਤੋ ਜੀ ਨੇ ਪਤਾਸੇ ਪਾਏ, ਸਤਿਗੁਰਾਂ ਨੇ 5 ਬਾਣੀਆਂ ਦਾ ਜਾਪ ਕੀਤਾ। ਜਪਜੀ ਸਾਹਿਬ ਦਾ ਪਾਠ, ਜਾਪ ਸਾਹਿਬ ਦਾ ਪਾਠ, ਸਵਈਏ ਚੌਪਈ ਅਤੇ ਆਨੰਦ ਸਾਹਿਬ। ਚੌਪਈ ਮੈਂ ਕੱਲ੍ਹ ਤਦ ਹੀ ਕਿਹਾ ਸੀ ਕਿ 1696 ਈਸਵੀ ਵਿੱਚ ਚੌਪਈ ਬਾਣੀ ਦਾ ਰਚਨ ਕਾਲ ਹੈ। ਜਿਹੜੀ ਜਾਪ ਸਾਹਿਬ ਬਾਣੀ ਆ, ਪ੍ਰੋਫੈਸਰ ਸਾਹਿਬ ਸਿੰਘ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ, ਉਹਨਾਂ ਨੇ ਜਾਪ ਸਾਹਿਬ ਅਤੇ ਸਵਈਏ ਬਾਣੀ ਦਾ ਵੀ ਟੀਕਾ ਕੀਤਾ। ਉਹਨਾਂ ਨੇ ਲਿਖਿਆ ਕਿ ਜਾਪ ਸਾਹਿਬ ਜਿਹੜਾ ਪੌਂਟਾ ਸਾਹਿਬ ਵਿਖੇ ਕਲਗੀਧਰ ਪਾਤਸ਼ਾਹ ਜੀ ਨੇ ਰਚਿਆ, ਔਰ ਉਹ 5 ਬਾਣੀਆਂ ਦਾ ਜਾਪ ਕੀਤਾ, ਤਾਂ ਫਿਰ ਆਪਣੇ ਉਹਨਾਂ ਪਿਆਰਿਆਂ ਨੂੰ, ਕਿਉਂਕਿ ਸਮਾਜ ਨੂੰ ਹੋ ਗਿਆ ਸੀ ਕਿ ਇਹਨਾਂ ਦੇ ਸੀਸ ਕੱਟੇ ਗਏ ਨੇ। ਗੁਰੂ ਦਾ ਕੌਤਕ ਹੈ, ਮੈਂ ਹਮੇਸ਼ਾ ਕਹਿੰਦਾ ਹੁੰਦਾ, ਜਿਸ ਕਾਰਜ 'ਤੇ ਗੁਰੂ ਸਾਹਿਬਾਂ ਨੇ ਪਰਦਾ ਪਾਇਆ, ਜੇ ਸਿੱਖ ਕੋਈ ਉੱਠ ਕੇ ਕਵੇ 5 ਬੱਕਰੇ 'ਚ ਟਕਾਏ ਸੀ, 5 ਆਹ ਨਹੀਂ ਸੀ ਕੀਤਾ, ਸਿੱਖ ਦਾ ਕੰਮ ਨਹੀਂ ਹੈ। ਗੁਰੂ ਨੇ ਜੋ ਕਾਰਜ ਪਰਦੇ ਵਿੱਚ ਕੀਤਾ, ਇਹ ਗੁਰੂ ਦਾ ਕੌਤਕ ਹੈ, ਗੁਰੂ ਸਮਰੱਥ ਨੇ। ਇਹ ਗੁਰੂ ਨੇ ਜਿਸ ਕਾਰਜ ਦੇ ਉੱਤੇ ਪਰਦਾ ਪਾ ਕੇ ਕੌਤਕ ਕੀਤਾ, ਸਿੱਖਾਂ ਨੂੰ ਵਿਆਖਿਆ ਦੀ ਲੋੜ ਨਹੀਂ। ਔਰ ਸਤਿਗੁਰਾਂ ਨੇ 5 ਨੂੰ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ। ਅੱਜ ਵੀ ਸਾਡੀ ਉਹ ਮਰਯਾਦਾ ਕਿ ਵੀਰ ਆਸਣ ਵਿੱਚ ਬੈਠ ਕੇ ਜਿਹੜਾ ਅੰਮ੍ਰਿਤ ਦੀ ਦਾਤ ਤਿਆਰ ਕੀਤੀ ਜਾਂਦੀ ਹੈ, ਖੰਡੇ ਬਾਟੇ ਦਾ ਅੰਮ੍ਰਿਤ, ਉਸ ਤੋਂ ਪਹਿਲਾਂ ਚਰਨ ਪਹੁਲ ਸੀ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ 9ਵੇਂ ਪਾਤਸ਼ਾਹ ਤੱਕ ਜਦੋਂ ਕਿਸੇ ਨੂੰ ਸਿੱਖੀ ਵਿੱਚ ਲਿਆਂਦਾ ਜਾਂਦਾ ਸੀ, ਅਤੇ ਚਰਨ ਪਹੁਲ ਦੇ ਕੇ ਉਹਨੂੰ ਛਕਾਈ ਜਾਂਦੀ ਸੀ, ਚਰਨ ਦੀ ਪਹੁਲ, ਪਵਿੱਤਰ ਚਰਨਾਂ ਨੂੰ ਪਹਿਲਾਂ ਧੋਤੇ ਹੋਏ, ਉਹਨਾਂ ਤੋਂ ਪਾਣੀ ਜਿਹੜਾ ਲਾ ਕੇ ਫਿਰ ਚਰਨ ਪਹੁਲ ਦੇਣ ਦੀ, ਚਰਨਾ ਅੰਮ੍ਰਿਤ ਸਿੱਖਾਂ ਪਿਲਾਇਆ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਵੀ ਆਉਂਦਾ। ਹੁਣ ਇਹ ਖੰਡੇ ਕੀ ਪਹੁਲ ਵਿੱਚ ਪਰਿਵਰਤਿਤ ਹੋਇਆ, ਤਾਂ ਸਤਿਗੁਰਾਂ ਨੇ 5 ਚੂਲੇ ਹਰ ਸਿੱਖ ਨੂੰ ਪਿਲਾਏ ਜਾਂਦੇ ਆ, 5 ਅੱਖਾਂ ਵਿੱਚ ਛਿੱਟੇ ਮਾਰੇ ਜਾਂਦੇ ਆ, 5 ਸੀਸ 'ਚ ਪਾਏ ਜਾਂਦੇ ਆ, ਅਤੇ ਹਰ ਵੇਰੀ ਬੁਲਾਇਆ, ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਚੂਲੇ ਪਿਲਾਉਣ ਦਾ ਮਤਲਬ ਹੈ ਕਿ ਬੰਦੇ ਦੇ ਅੰਦਰ ਗੁਲਾਮੀ ਵੀ ਹੈ, ਤਾਂ ਇਹ ਉਹਦੀ ਛੱਟ ਜਿਹੜੀ ਗੁਲਾਮੀ ਦੀ ਲੈ ਜੇ। 5 ਚੂਲੇ ਅੱਖਾਂ 'ਚ ਪਾਏ ਕਿ ਗੁਲਾਮ ਲੋਕ ਕਦੀ ਅੱਖ ਚੱਕ ਕੇ ਨਹੀਂ ਤੁਰਦੇ। ਤੁਸੀਂ ਚਿੱਤਰਕਲਾ ਦੇ ਵਿੱਚ ਇੱਕ ਧੁਨੀ ਹੈ, ਜਿਹੜੇ ਲਿਖ ਢੰਗ ਹੈ ਬਣਾਉਣ ਦਾ, ਜੇ ਤੁਸੀਂ ਕਿਸੇ ਗੁਲਾਮ ਬੰਦੇ ਦੀ ਤਸਵੀਰ ਬਣਾਉਣੀ ਆ, ਉਹਦੀ ਨੀਵੀਂ ਪਾਈ ਹੋਏਗੀ। ਜਿਹੜਾ ਆਜ਼ਾਦ ਮਨੁੱਖ ਹੈ ਉਹ ਨਿਡਰ ਹੋ ਕੇ ਤੁਰੇਗਾ, ਅਤੇ ਪੰਜਾਬੀ 'ਚ ਕਹਿੰਦੇ ਅੱਖਾਂ 'ਚ ਅੱਖਾਂ ਪਾ ਕੇ ਦੇਖੇਗਾ। ਇਹ ਮਤਲਬ ਅੱਖਾਂ ਦੀ ਬਣਤਰ ਨਾਲ ਹੀ ਚਿੱਤਰਕਲਾ ਸਮਝਾ ਜਾਂਦੀ ਆ ਕਿ ਬੰਦਾ ਗੁਲਾਮ ਹੈ ਕਿ ਬੰਦਾ ਆਜ਼ਾਦ ਹੈ। ਸਤਿਗੁਰੂ ਕਹਿੰਦੇ ਜਿਹੜੀ ਤੁਹਾਡੀ ਦ੍ਰਿਸ਼ਟੀ ਵਿੱਚ ਸਦੀਆਂ ਦੀ ਜਾਤ ਪਾਤ ਦੀ ਗੁਲਾਮੀ ਵੀ ਹੋ ਸਕਦੀ, ਬਾਦਸ਼ਾਹ ਦੀ ਗੁਲਾਮੀ ਵੀ ਹੋ ਸਕਦੀ, ਮੰਤਾਂ ਮਨੋਤਾਂ ਦੀ ਗੁਲਾਮੀ ਵੀ ਹੋ ਸਕਦੀ ਆ, ਇਹਨੂੰ ਅੱਜ ਤੋਂ ਬਾਅਦ ਲਾਹ ਦਿਓ। 5 ਚੂਲੇ ਸੀਸ 'ਚ ਪਾਏ, ਕਿਉਂਕਿ ਸੀਸ ਵਿੱਚ ਦਿਮਾਗ ਹੈ, ਦਿਮਾਗ ਸਾਡੀ ਸੋਚ ਦਾ ਕੇਂਦਰ ਹੈ, ਔਰ ਇਸ ਲਈ ਸਿਰ ਵਿੱਚ 5 ਚੂਲੇ ਪਾ ਕੇ ਹਰ ਚੂਲੇ ਨਾਲ ਕਿਹਾ ਜਾਂਦਾ ਕਿ ਬੋਲ ਵਾਹਿਗੁਰੂ ਜੀ ਕਾ ਖਾਲਸਾ, ਕਿ ਅੱਜ ਤੋਂ ਤੂੰ ਖਾਲਸਾ ਉਸ ਅਕਾਲ ਪੁਰਖ ਦਾ ਹੈ, ਜਿਹਨੂੰ ਸਤਿਗੁਰਾਂ ਨੇ ਕਿਹਾ ਨਾ ਕਿ ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ
ਪਰਮਾਤਮਾ ਕੀ ਮੌਜ, ਇਹ ਮੈਂ ਨਹੀਂ ਸਿਰਜਿਆ, ਇਹ ਪਰਮਾਤਮਾ ਦੀ ਮੌਜ ਸੀ ਕਿ ਇਹੋ ਜਿਹਾ ਰੋਲ ਮਾਡਲ ਚਾਹੀਦਾ। ਅਤੇ ਖਾਲਸਾ, ਕਿਉਂਕਿ ਜਿਹੜੇ ਆਪਾਂ ਪੰਜਾਬੀ ਜਦੋਂ ਪੜ੍ਹਦੇ ਹਾਂ, ਪੰਜ ਅੱਖਰਾਂ 'ਚ ਪੈਰੀ ਬਿੰਦੀਆਂ ਪੈਂਦੀਆਂ ਨੇ, ਸ਼ਾਹ ਖਾ ਗਾ ਜ਼ਾ ਫਾ, ਉਹ ਖੱਖੇ ਪੈਰ ਬਿੰਦੀ ਜਦੋਂ ਖਾਲਸਾ ਲਿਖਦੇ ਹਾਂ ਪੰਜਾਬੀ 'ਚ, ਖਾਲਸੇ ਦਾ ਅਰਥ ਹੁੰਦਾ ਪਵਿੱਤਰ, ਸ਼ੁੱਧ, ਨਿਰਮਲ। ਪਰ ਇਹ ਪਰਸ਼ੀਅਨ ਦਾ ਸ਼ਬਦ ਹੈ, ਖੱਖੇ ਪੈਰ ਬਿੰਦੀ ਪਏਗੀ, ਉੱਥੇ ਖਾਲਸੇ ਦਾ ਅਰਥ ਹੁੰਦਾ ਜਿਹੜੀ ਪ੍ਰੋਪਰਟੀ ਸਿੱਧੀ ਬਾਦਸ਼ਾਹ ਦੇ ਅਧੀਨ ਹੈ, ਉਹ ਖਾਲਸਾ ਹੀ ਜਾਇਦਾਦ ਗਿਣੀ ਜਾਂਦੀ ਸੀ, ਜਿਹਦੇ ਉੱਤੇ ਕੋਈ ਮਜਾਰਾ ਨਹੀਂ, ਕੋਈ ਰਜਵਾੜਾ ਨਹੀਂ, ਕੋਈ ਮਾਲਕ ਨਹੀਂ, ਕੇਵਲ ਬਾਦਸ਼ਾਹ ਮਾਲਕ ਹੈ। ਜਿਹੜੀ ਬਾਦਸ਼ਾਹ ਦੇ ਅਧੀਨ ਜਾਇਦਾਦ ਹੈ ਉਹ ਖਾਲਸਾ ਹੀ ਸੀ। ਸਤਿਗੁਰੂ ਕਹਿੰਦੇ ਜਿਹੜਾ ਮੇਰਾ ਖਾਲਸਾ, ਇਹ ਨਾ ਕਿਸੇ ਮਨੁੱਖ ਦਾ ਹੈ, ਨਾ ਕਿਸੇ ਰਾਜੇ ਦਾ ਹੈ, ਸਿੱਧਾ ਅਕਾਲ ਪੁਰਖ ਦਾ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ। ਜੇ ਬਾਣੀ ਵੀ ਪੜ੍ਹੀ ਆ ਤਾਂ ਇਹ ਅਕਾਲ ਪੁਰਖ ਦੀ ਬਾਣੀ ਆ, ਧੁਰਕੀ ਬਾਣੀ ਹੈ, ਜਪਜੀ ਸਾਹਿਬ ਦਾ ਪਾਠ ਹੋਇਆ ਇਹ ਅਕਾਲੀ ਬਾਣੀ ਹੈ, ਜਾਪ ਸਾਹਿਬ ਵਿੱਚ ਸਾਰੀ ਹੀ ਸਿਫਤ ਅਕਾਲ ਪੁਰਖ ਦੀ ਹੈ, ਇਹ ਅਕਾਲ ਦੀ ਬਾਣੀ ਹੈ, ਸਵਈਆਂ ਵਿੱਚ ਸਾਰੀ ਹੀ ਮਹਿਮਾ ਅਕਾਲ ਪੁਰਖ ਦੀ ਹੈ, ਅਤੇ ਦੁਨੀਆ ਦੀ ਨਾਸ਼ਮਾਨਤਾ ਦਾ ਵਰਣਨ ਹੈ। ਚੌਪੀ ਬਾਣੀ ਹੈ ਹੀ ਬੇਨਤੀ ਦੀ ਬਾਣੀ ਹੈ ਜਿਹੜੀ ਅਕਾਲ ਪੁਰਖ ਨਾਲ ਜੋੜਦੀ ਹੈ, ਅਤੇ ਆਨੰਦ ਸਾਹਿਬ ਵਸਮਾਦ ਖੇੜੇ ਦਾ ਪ੍ਰਤੀਕ ਹੈ ਜਿਹੜਾ ਅਕਾਲ ਪੁਰਖ ਨੂੰ ਮਿਲਣ ਤੋਂ ਬਾਅਦ ਪੈਦਾ ਹੋਇਆ। ਇਸ ਲਈ ਇਹ ਖਾਲਸਾ ਹੈ, ਅਤੇ ਫਿਰ ਖਾਲਸੇ ਦੀ ਮਹਿਮਾ ਵੀ ਸਤਿਗੁਰਾਂ ਨੇ ਜਿਹੜੀ ਸਰਬਲੋ ਗ੍ਰੰਥ ਵਿੱਚ ਹੈ ਉਹ ਵਰਣਨ ਹੈ। ਔਰ ਸਤਿਗੁਰਾਂ ਨੇ ਪੰਜ ਚੂਲੇ ਸੀਸ 'ਚ ਪਾਏ ਕਿ ਜੇ ਤੁਹਾਡੀ ਸੋਚ ਵਿੱਚ ਕੋਈ ਦੁਨਿਆਵੀ ਗੁਲਾਮੀ ਹੈ, ਕੋਈ ਡਰ ਹੈ, ਕੋਈ ਪੱਥਰ ਪੂਜਦਾ ਸੀ, ਕੋਈ ਮੜੀਆਂ ਪੂਜਦਾ, ਕੋਈ ਕਬਰਾਂ ਪੂਜਦਾ, ਕਿਸੇ ਦੇ ਮਨ ਵਿੱਚ ਕੋਈ ਸ਼ੰਕੇ ਹੋਣਗੇ, ਪੱਤਰੀਆਂ ਦੇ, ਧਾਗਿਆਂ ਦੇ, ਤਵੀਤਾਂ ਦੇ, ਦਿਸ਼ਾਵਾਂ ਦੇ ਵਹਿਮ ਹੋਣਗੇ, ਸਭ ਕੱਢ ਦਿਓ, ਕਿਉਂਕਿ ਅੱਜ ਤੋਂ ਤੁਸੀਂ ਅਕਾਲ ਪੁਰਖ ਦੀ ਫੌਜ ਹੋ। ਅਤੇ ਜਿਹੜੀ ਅਕਾਲ ਪੁਰਖ ਦੀ ਫੌਜ ਹੈ ਇਹ ਸਿੱਧੀ ਖਾਲਸਾ ਹੀ ਅਕਾਲੀ ਫੌਜ ਆ, ਇਹ ਜਗ੍ਹਾ ਜਗ੍ਹਾ 'ਤੇ ਨਿਉਣਗੇ ਨਹੀਂ, ਇਹ ਕੇਵਲ ਅਕਾਲ ਨੂੰ ਮੰਨਣਗੇ। ਔਰ ਫਿਰ ਸਤਿਗੁਰਾਂ ਨੇ ਖਾਲਸੇ ਦੀ ਮਹਿਮਾ ਦਾ ਵਰਣਨ ਕੀਤਾ। ਇਹ ਨਿਹੰਗਾਂ ਸਿੰਘਾਂ ਦੇ ਵਿੱਚ ਸਰਬਲੋ ਗ੍ਰੰਥ ਦਾ ਪ੍ਰਕਾਸ਼ ਹੁੰਦਾ, ਇਹ ਕਾਫੀ ਵੱਡਾ ਗ੍ਰੰਥ ਹੈ। ਅਤੇ ਇਹ ਪਰੰਪਰਾ ਸਾਡੀ ਕਿ ਅੱਜ ਵੀ ਤਰਨਾ ਦਲ, ਬੁੱਢਾ ਦਲ ਇਹਨੂੰ ਛਾਪਦੇ ਨੇ। ਇਹਦੇ ਵਿੱਚ ਹੀ ਮਹਿਮਾ ਹੈ ਜਿਹੜੀ ਆਪਾਂ ਵਿਸਾਖੀ ਵਾਲੇ ਦਿਨ ਸ਼ਬਦ ਸਰਵਣ ਕਰਦੇ ਹਾਂ, ਖਾਲਸਾ ਮੇਰੋ ਰੂਪ ਹੈ ਖਾਸ। ਰਚਨ ਵਾਲੇ ਨੇ ਕਲਗੀਧਰ ਪਾਤਸ਼ਾਹ, ਸਤਿਗੁਰੂ ਕਹਿੰਦੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋਂ ਨਿਵਾਸ, ਮੇਰਾ ਨਿਵਾਸ ਵੀ ਮੇਰੇ ਖਾਲਸੇ ਵਿੱਚ ਹੈ। ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ ਕੀ ਜਾਨ। ਕਹਿੰਦੇ ਮੇਰਾ ਪਿੰਡ, ਪਿੰਡ ਕਹਿੰਦੇ ਸਰੀਰ ਨੂੰ, ਇੱਥੋਂ ਹੀ ਸ਼ਬਦ ਸਾਡੇ ਪੰਜਾਬ ਦੇ ਪਿੰਡ, ਵੀ ਸਾਡੇ ਪੰਜਾਬ ਦੇ ਇੰਨੇ ਪਿੰਡ ਨੇ। ਪਿੰਡ ਦਾ ਅਰਥ ਹੈ ਸਰੀਰ, ਇਹ ਸੁਖਮਨੀ ਸਾਹਿਬ ਵਿੱਚ ਵੀ ਆਪਾਂ ਜਦੋਂ ਪੜ੍ਹਦੇ ਹਾਂ ਨਾ, ਜੀਓ ਪਿੰਡ ਸਭ ਤੇਰੀ ਰਾਸ, ਤੂੰ ਠਾਕਰ ਤੁਮ ਪੈਰ ਦਾਸ। ਇਹ ਜਾਨ ਅਤੇ ਪਿੰਡ, ਇਹ ਸਰੀਰ ਹੇ ਅਕਾਲ ਪੁਰਖ ਤੇਰੀ ਪੂੰਜੀ ਹੈ। ਜਿੱਥੇ ਇੱਕ ਸਰੀਰ ਆ ਉਹਨੂੰ ਵੀ ਪਿੰਡ ਕਹਿੰਦੇ ਆ, ਅਤੇ ਜਿੱਥੇ ਬਹੁ ਵਚਨ ਵਿੱਚ ਬਹੁਤ ਸਾਰੇ ਸਰੀਰ ਵੱਸਦੇ ਆ ਉਹਨੂੰ ਵੀ ਕਹਿੰਦੇ ਸਾਡਾ ਪਿੰਡ ਵੱਸਦਾ, ਸਾਡਾ ਉਹ ਪਿੰਡ ਹੈ, ਪਿੰਡ ਦੀ ਅਰਥ ਹੀ ਹੈ। ਸਤਿਗੁਰੂ ਕਹਿੰਦੇ ਖਾਲਸਾ ਮੇਰੋ ਪਿੰਡ ਪ੍ਰਾਣ, ਮੇਰਾ ਸਰੀਰ, ਮੇਰੇ ਪ੍ਰਾਣ, ਮੇਰਾ ਖਾਲਸਾ ਹੈ, ਖਾਲਸਾ ਮੇਰੀ ਜਾਨ ਕੀ ਜਾਨ। ਜਿਵੇਂ ਆਪਾਂ ਕਹਿੰਦੇ ਸਿਰ ਸ਼ਾਹਾਂ ਦੇ ਸ਼ਾਹ, ਮੇਰੀ ਜਾਨ ਦੀ ਵੀ ਜਾਨ ਮੇਰਾ ਖਾਲਸਾ। ਫਿਰ ਸਤਿਗੁਰੂ ਕਹਿੰਦੇ ਰੋਮ ਰੋਮ ਜੇ ਰਸਨਾ ਪਾਉਂ, ਤਦਬ ਖਾਲਸਾ ਜਸ 'ਤੇ ਗਾਉਂ। ਕਹਿੰਦੇ ਮੇਰੇ ਰੋਮ ਰੋਮ ਦੇ ਵਿੱਚ ਵੀ ਜ਼ੁਬਾਨ ਹੋਵੇ, ਰਸਨਾ ਹੋਵੇ, ਮੈਂ ਆਪਣੇ ਖਾਲਸੇ ਦਾ ਜਸ ਗਾਵਾਂਗਾ, ਕਿਉਂਕਿ ਮੇਰਾ ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਇਹ ਮੇਰੀ ਸਾਰੀ ਸ਼ਕਤੀ ਹੈ। ਔਰ ਖਾਲਸੇ ਨੂੰ ਇੰਨਾ ਮਾਣ ਕਲਗੀਧਰ ਪਾਤਸ਼ਾਹ ਜੀ ਨੇ ਦਿੱਤਾ ਕਿ ਮੇਰਾ ਸਭ ਕੁਝ ਇਹ ਹੈ, ਮੇਰਾ ਪਿੰਡ ਵੀ ਹੈ, ਮੇਰਾ ਪ੍ਰਾਣ ਵੀ ਹੈ, ਮੇਰੀ ਸ਼ਕਤੀ ਵੀ ਮੇਰਾ ਖਾਲਸਾ, ਮੇਰਾ ਵਾਰਸਾ ਵੀ ਮੇਰੇ ਖਾਲਸੇ ਦੇ ਵਿੱਚ ਹੈ, ਮੇਰੇ ਦਰਸ਼ਨ ਕਰਨੇ ਆ ਤਾਂ ਮੇਰੇ ਖਾਲਸੇ ਦੇ ਦਰਸ਼ਨ ਕਰਿਓ। ਇੰਨੀ ਮਾਨਤਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਆਪਣੇ ਖਾਲਸੇ ਨੂੰ ਸਿਰਜ ਕੇ। ਫਿਰ ਇਸ ਖਾਲਸੇ ਨੂੰ ਇੱਕ ਨਾਮਕਰਨ ਦਿੱਤਾ ਵੀ ਇਹ ਮੇਰਾ ਸਿੰਘ ਹੈ, ਕਿਉਂਕਿ ਦਇਆ ਰਾਮ ਸੀ, ਧਰਮ ਚੰਦ ਸੀ, ਮੋਹਕਮ ਚੰਦ ਸੀ। ਤਾਂ ਇਹ ਜਿਹੜੇ ਨਾਮਕਰਨ ਇੱਕ ਆਪਣੇ ਆਪ ਵਿੱਚ ਸ਼ਕਤੀ ਹੈ। ਸਿੰਘ ਦਾ ਅਰਥ ਹੈ ਸ਼ੇਰ, ਸ਼ੇਰ ਇੱਕ ਸ਼ਕਤੀ ਦਾ ਪ੍ਰਤੀਕ ਹੈ ਹਰੇਕ ਧਰਤੀ ਦੇ ਉੱਤੇ। ਜਦੋਂ ਚਾਣਕੀਆ ਪੰਡਿਤ ਨੇ 2400 ਸਾਲ ਪਹਿਲਾਂ ਚਾਣਕੀਆ ਨੀਤੀ ਲਿਖੀ ਨਾ, ਉਹਨੇ ਸ਼ੇਰ ਦੀ ਮਹਿਮਾ ਵਰਣਨ ਕੀਤੀ
ਕਹਿੰਦਾ ਸਿੰਘਨ ਕੋ ਸੁੱਤ ਏਕ ਹੈ। ਸਿੰਘਨ ਸੰਸਕ੍ਰਿਤ ਵਿੱਚ ਸ਼ੇਰਨੀ ਨੂੰ ਕਹਿੰਦੇ ਆ, ਸਿੰਘ ਸ਼ੇਰ ਨੂੰ ਅਤੇ ਸਿੰਘਨ ਸ਼ੇਰਨੀ ਨੂੰ। ਕਹਿੰਦਾ ਸਿੰਘਨ ਕੋ ਸੁੱਤ ਏਕ ਹੈ, ਸੁੱਖ ਸੋਵਤ ਹੈ ਨੀਠ। ਉਹ ਨਿੱਠ ਕੇ ਜੰਗਲ ਵਿੱਚ ਸੌਂਦੀ ਹੈ ਕਿ ਮੇਰਾ ਪੁੱਤ ਜੰਗਲ ਦਾ ਬਾਦਸ਼ਾਹ। ਮੈਂ ਕਹਿੰਦਾ ਸ਼ੇਰ ਨੂੰ ਬਾਦਸ਼ਾਹੀ ਕੋਈ ਖੋਤਿਆਂ ਨੇ ਭੇਡਾਂ ਨੇ ਥੋੜ੍ਹਾ ਲੈ ਕੇ ਦਿੱਤੀ ਹੈ। ਸ਼ੇਰ ਕੋਲ ਬਾਦਸ਼ਾਹੀ ਉਹਦੀ ਸੋਚ ਕਰਕੇ ਆ, ਉਹਦੀ ਵੰਗਾਰ ਕਰਕੇ ਆ, ਉਹਦੀ ਹੋਂਦ ਕਰਕੇ, ਉਹਦੀ ਬਹਾਦਰੀ ਕਰਕੇ ਆ। ਕਹਿੰਦਾ ਸਿੰਘਨ ਕੋ ਸੁੱਤ ਏਕ ਹੈ, ਸੁੱਖ ਸੋਵਤ ਹੈ ਨੀਠ। ਗਧਹੀ ਕੇ ਸੁੱਤ ਬਹੁਤ ਹੈ, ਭਾਰ ਠਾਵਤ ਪੀਠ। ਕਹਿੰਦਾ ਸ਼ੇਰਨੀ ਦਾ ਇੱਕ ਪੁੱਤ ਹੈ, ਉਹ ਨਿੱਠ ਕੇ ਜੰਗਲ ਵਿੱਚ ਸੌਂਦੀ ਵੀ ਮੇਰਾ ਪੁੱਤ ਜੰਗਲ ਦਾ ਬਾਦਸ਼ਾਹ। ਆਂਹਦਾ ਗਧੀ ਵਿਚਾਰੀ ਦੇ ਪੁੱਤ ਧੀਆਂ ਦਾ ਬੜੇ ਨੇ, ਸਾਰੇ ਪਿੱਠ 'ਤੇ ਭਾਰ ਢੋਂਦੇ ਫਿਰਦੇ, ਬਾਦਸ਼ਾਹ ਕੋਈ ਵੀ ਨਹੀਂ। ਜੇ ਤਾਂ ਲੋਕਤੰਤਰ ਹੋਵੇ ਵੀ ਵੋਟਾਂ ਪੈਣੀਆਂ, ਫਿਰ ਤਾਂ ਗਧੀ ਦਾ ਪੁੱਤ ਰਾਜਾ ਹੋਵੇ ਪਰ ਕੁੱਟ ਖਾ ਕੇ ਆ ਜਾਏਗਾ। ਸ਼ੇਰ ਦੇ ਬੱਚੇ ਥੋੜ੍ਹੇ ਹੁੰਦੇ ਆ। ਉਹਨੂੰ ਬਾਦਸ਼ਾਹੀ ਕੁਦਰਤ ਵੱਲੋਂ ਉਹਨੇ ਪ੍ਰਵਾਨ ਕੀਤੀ ਹੈ। ਉਹਨੇ ਇੱਕ ਇਹ ਵੀ ਲਿਖਿਆ ਵੀ ਇੱਕ ਗੁਣ ਸ਼ੇਰ ਵਿੱਚ ਬੜਾ ਵੱਡਾ, ਇਹ ਹਰ ਬੰਦੇ 'ਚ ਹੋਣਾ ਚਾਹੀਦਾ। ਉਹ ਕਹਿੰਦਾ ਕਾਰਜ ਛੋਟਾ ਕਹਿ ਵੱਡਾ ਹੋਏ ਸੋ ਕਰ ਹੀ ਲੇ, ਜਿਉਂ ਕਿਹਰ ਨਿਰ ਆਲਸੀ ਮਿਰਗ ਕੋ ਜਾਣ ਨਾ ਦੇ। ਆਂਹਦਾ ਸ਼ੇਰ ਦਾ ਇਹ ਗੁਣ ਬੰਦਿਆਂ 'ਚ ਹੋਣਾ ਚਾਹੀਦਾ, ਕੰਮ ਭਾਵੇਂ ਵੱਡਾ ਹੋਵੇ ਅਤੇ ਭਾਵੇਂ ਛੋਟਾ ਹੋਵੇ, ਕਾਰਜ ਛੋਟਾ ਕਹਿ ਵੱਡਾ ਹੋਏ ਸੋ ਕਰ ਹੀ ਲੇ। ਕਿਉਂ ਕਰ ਲੈਂਦਾ? ਜਿਉਂ ਕਿਹਰ ਨਿਰ ਆਲਸੀ, ਕਿਹਰ ਸੰਸਕ੍ਰਿਤ ਵਿੱਚ ਸ਼ੇਰ ਨੂੰ ਕਹਿੰਦੇ ਨੇ। ਕਈਆਂ ਦੇ ਪਿੰਡਾਂ ਵਾਲਿਆਂ ਨੇ ਨਾਂ ਰੱਖੇ ਹੁੰਦੇ, ਵੱਡੇ ਮੁੰਡੇ ਦਾ ਨਾਂ ਕੇਹਰ ਸਿੰਘ, ਛੋਟੇ ਦਾ ਨਾਂ ਸ਼ੇਰ ਸਿੰਘ। ਘਰਦਿਆਂ ਨੂੰ ਕੋਈ ਨਹੀਂ ਪਤਾ ਵੀ ਕੇਹਰ ਦਾ ਮਤਲਬ ਵੀ ਸ਼ੇਰ ਆ ਅਤੇ ਸਿੰਘ ਦਾ ਮਤਲਬ ਵੀ ਸ਼ੇਰ ਆ ਅਤੇ ਸ਼ੇਰ ਦਾ ਮਤਲਬ ਵੀ ਸ਼ੇਰ ਆ, ਸਾਰਾ ਟੱਬਰ ਸ਼ੇਰਾਂ ਦਾ ਹੀ ਆ। ਮਤਲਬ ਇਹ ਕਿਸੇ ਦੇ ਦਿਮਾਗ 'ਚ ਨਹੀਂ ਹੁੰਦਾ ਵੀ ਇਹ ਸਾਰੇ ਮਾਈ ਕੇ ਸ਼ੇਰ ਹੀ ਨੇ। ਹੈ ਸਾਰੇ ਮਾਈ ਕੇ ਸ਼ੇਰ ਹੈ, ਅਤੇ ਕੋਈ ਨਾਮਦਾਨ ਲੈਣ ਡੇਰੇ ਤੋਂ ਭੱਜਿਆ ਜਾਂਦਾ, ਕੋਈ ਕਬਰ 'ਤੇ ਸ਼ਰਾਬ ਚੜ੍ਹਾਉਣ ਤੁਰਿਆ ਜਾਂਦਾ, ਕੋਈ ਤਵੀਤ ਲੈਣ ਤੁਰਿਆ ਜਾਂਦਾ, ਕੋਈ ਸੂਰਜ ਗ੍ਰਹਿਣ ਤੋਂ ਡਰੀ ਜਾਂਦਾ, ਕੋਈ ਚੰਦਰਮਾ ਗ੍ਰਹਿਣ ਤੋਂ ਡਰੀ ਜਾਂਦਾ, ਕੋਈ ਕਹਿੰਦਾ ਅੱਜ ਮੰਗਲਵਾਰ ਆ, ਕੋਈ ਕਹਿੰਦਾ ਵੀਰਵਾਰ ਆ। ਹੈ ਚਾਰੇ ਹੀ ਸ਼ੇਰ ਨੇ, ਡਰਦੇ ਤੁਰੇ ਫਿਰਦੇ ਨੇ, ਪਰ ਸ਼ੇਰ ਹੈ ਨਹੀਂ, ਸ਼ੇਰ ਫਲਸਫਾ ਹੈ। ਕਹਿੰਦਾ ਕਾਰਜ ਛੋਟਾ ਕਹਿ ਵੱਡਾ ਹੋਏ ਸੋ ਕਰ ਹੀ ਲੇ, ਜਿਉਂ ਕਿਹਰ ਨਿਰ ਆਲਸੀ ਮਿਰਗ ਕੋ ਜਾਣ ਨਾ ਦੇ। ਤੁਸੀਂ ਆਪਾਂ ਜੀਵ ਵਿਗਿਆਨ ਪੜ੍ਹੀਏ ਤਾਂ ਕਿਤੇ ਨਹੀਂ ਲਿਖਿਆ ਵੀ ਸ਼ੇਰ ਬੜਾ ਤੇਜ਼ ਦੜਾਕ ਹੈ। ਮਿਰਗ ਨੂੰ ਮੰਨਿਆ ਜਾਂਦਾ ਕਿਉਂਕਿ ਮਿਰਗ ਇੱਕ ਛਾਲ ਮਾਰ ਕੇ ਉੱਥੇ ਚੁੰਗੀਆਂ ਭਰਨਾ ਕਹਿੰਦੇ, ਵੱਡੀ ਛਾਲ ਮਾਰਦਾ। ਕਿਸੇ ਇਤਿਹਾਸ ਨੇ ਨਹੀਂ ਲਿਖਿਆ ਵੀ ਸ਼ੇਰ ਵੀ ਤੇਜ਼ ਦੜਾਕ ਹੁੰਦਾ, ਪਰ ਜਦੋਂ ਸ਼ੇਰ ਮਿਰਗ ਦਾ ਸ਼ਿਕਾਰ ਕਰਦਾ ਉਹ ਇੰਨੀ ਸਪੀਡ ਨਾਲ ਦੌੜਦਾ ਕਿ ਹਰ ਜੀਵ ਜੰਤੂ ਦਾ ਸ਼ਿਕਾਰ ਕਰ ਲੈਂਦਾ। ਕਹਿੰਦਾ ਉਦੋਂ ਇਹ ਆਲਸ ਛੱਡ ਦਿੰਦਾ, ਉਹਦੇ ਦੇ ਸਾਹਮਣੇ ਕੋਈ ਨਿਸ਼ਾਨਾ ਹੁੰਦਾ ਕਿ ਕਿਹਰ ਦੇ ਸ਼ੇਰ ਦੇ ਅੱਗੇ ਇੱਕ ਨਿਸ਼ਾਨਾ ਹੁੰਦਾ ਕਿ ਇਹ ਕਾਰਜ ਮੈਂ ਕਰਨਾ ਹੀ ਕਰਨਾ। ਕਹਿੰਦਾ ਬੰਦੇ 'ਚ ਇਹ ਗੁਣ ਹੋਣਾ ਚਾਹੀਦਾ ਵੀ ਐਵੇਂ ਨਾ ਕਵੇ ਮੈਂ ਨਹੀਂ ਕੁਛ ਕਰ ਸਕਦਾ। ਬਹੁਤਾ ਬੰਦਾ ਹੁੰਦਾ ਨਾ ਜਿਵੇਂ ਕੱਲ੍ਹ ਜਿੰਨੇ ਸਵਾਲ ਜਵਾਬ ਹੋਏ ਉਹ ਕਹਿੰਦੇ ਵੀ ਮੈਂ ਸਿਰ ਕਿਵੇਂ ਕੱਜਿਆ ਕਰੂੰ, ਦੱਸੋ ਸਿਰ ਕੱਜਣ ਨੂੰ ਰੁਮਾਲ ਨਾਲ ਕੱਜ ਲਓ, ਚੁੰਨੀ ਨਾਲ ਕੱਜ ਲਓ, ਪਟਕੇ ਨਾਲ ਕੱਜ ਲਓ, ਇਹ ਤਾਂ ਢਿੱਲ ਆ ਐਵੇਂ ਬੰਦਾ ਵੀ ਮਾਸ ਖਾਊਂ ਕਿ ਨਾ ਖਾਊਂ, ਵੀ ਹੋਰ ਥੋੜ੍ਹੀਆਂ ਚੀਜ਼ਾਂ ਨੇ ਖਾਣ ਨੂੰ, ਆ 7 ਦਿਨ ਹੋ ਗਏ ਇੱਥੇ ਲੰਗਰ ਸੱਜਦਾ, ਮਾਸ ਥੋੜ੍ਹਾ ਬਣਦਾ, ਪੇਟ ਭਰ ਕੇ ਤਾਂ ਆਪਾਂ ਸੌਣ ਡਿਆ, ਕੋਈ ਕਮਜ਼ੋਰ ਥੋੜ੍ਹਾ ਹੋ ਗਿਆ, ਇਹ ਕੋਈ ਬੜੀ ਚੰਗੀ ਖੁਰਾਕ ਥੋੜ੍ਹਾ ਵੀ ਬੰਦੇ ਨੇ ਮਰਦਾਰ ਹੀ ਖਾਣੀ ਆ, ਇਹ ਤਾਂ ਐਵੇਂ ਬੰਦੇ ਦੇ ਮਨ 'ਚ ਢੁੱਚਰਾਂ ਨੇ ਵੀ ਜੇ ਆਹ ਹੋ ਗਿਆ ਤਾਂ ਜੂਠੇ ਹੱਥ ਨਾ ਲੱਗ ਜਾਣ। ਬਿਲਕੁਲ ਜੂਠ ਤਾਂ ਸਹਿਜ ਭਾਵੀ ਵਰਤਾਰਾ, ਆਹ ਮਾਈਕ ਨੂੰ 5 ਜਣਿਆਂ ਦੇ ਹੱਥ ਲੱਗੇ ਆ, ਜੇ ਮੈਂ ਕਹਾਂ ਜੂਠਾ ਤਾਂ ਜੂਠਾ ਇਹਦੇ ਨਾਲ ਕੀ ਹੋਣਾ, ਤੁਸੀਂ ਹੱਥ ਫੇਰ ਜਾ ਕੇ ਧੋ ਲਿਓ। ਅਸੀਂ ਕੁਰਸੀਆਂ 'ਤੇ ਬੈਠੇ, ਅਸੀਂ ਸਾਰੇ ਉਹਨਾਂ ਕੁਰਸੀਆਂ 'ਤੇ ਆ ਕੇ ਥੋੜ੍ਹਾ ਬੈਠੇ ਹਾਂ, ਅਤੇ ਜੇ ਕਵੇ ਕੱਲ੍ਹ ਵਾਲੀਆਂ ਜੂਠੀਆਂ ਕੁਰਸੀਆਂ ਨੇ ਬੈਠੀਏ ਕਿ ਨਾ ਬੈਠੀਏ। ਇਸ ਕੁਝ ਕੁਦਰਤ ਦੇ ਸਹਿਜ ਭਾਵੀ ਵਰਤਾਰੇ ਨੇ, ਇੰਨੇ ਆਪਾਂ ਕੋਈ ਬਾਹਮਣ ਵੀ ਨਹੀਂ ਹੈਗੇ ਵੀ ਆਪਾਂ ਹਰ ਗੱਲ 'ਤੇ, ਆਪਾਂ ਜੈਨੀ ਵੀ ਨਹੀਂ ਹੈਗੇ, ਆਪਾਂ ਖਾਲਸੇ ਹਾਂ। ਇਹ ਕੁਝ ਆਪਣੇ ਆਪ ਹੀ ਆਪਣੇ ਮਨਾਂ 'ਚ ਐਵੇਂ ਸਵਾਲ ਨਿੱਕੇ ਨਿੱਕੇ ਸ਼ੰਕੇ ਆਈ ਜਾਂਦੇ ਆ, ਇਹ ਸ਼ੰਕੇ ਦਾ ਗੁਰੂ ਸਾਹਿਬਾਂ ਨੇ ਦੂਰ ਕੀਤੇ ਆ ਕਿ ਦੁਨੀਆ 'ਤੇ ਪਖੰਡ ਕਰਮ ਦੀ ਮਾਰੀ ਹੋਈ ਸੀ। ਸਤਿਗੁਰਾਂ ਨੇ 239 ਸਾਲ ਧਰਤੀ 'ਤੇ ਜਿਉਂ ਕੇ ਇਹਨਾਂ ਨੂੰ ਸ਼ੰਕਿਆਂ ਤੋਂ ਨਿਵਿਰਤ ਕੀਤਾ ਵੀ ਤੁਸੀਂ ਚੰਦਰਮਾ ਨੂੰ ਗ੍ਰਹਿਣ ਲੱਗ ਜਾਂਦਾ, ਤੁਸੀਂ ਧਰਤੀ 'ਤੇ ਭੱਜੇ ਫਿਰਦੇ ਹੋ, ਕਦੀ ਬ੍ਰਾਹਮਣ ਨੂੰ ਦਾਨ ਦੇਣ ਜਾਂਦੇ ਹੋ, ਕਦੀ ਦਾਣੇ ਪਾਉਣ ਜਾਂਦੇ ਹੋ ਵੀ ਚੰਦਰਮਾ ਛਡਾ ਲਈਏ ਤੁਹਾਡੇ ਛਡਾਇਆ ਥੋੜ੍ਹਾ ਛੁੱਟਣਾ, ਕਦੀ ਸੂਰਜ ਨੂੰ ਗ੍ਰਹਿਣ ਲੱਗ ਗਿਆ ਤੁਸੀਂ ਇੱਥੇ ਡੰਡ ਬੈਠਕਾਂ ਮਾਰੀ ਜਾਂਦੇ ਹੋ, ਸੂਰਜ ਨੇ ਆਪੇ ਠੀਕ ਹੋ ਜਾਣਾ, ਵੀ ਤੁਸੀਂ ਅੰਧ ਵਿਸ਼ਵਾਸਾਂ 'ਚੋਂ ਨਿਕਲੋ। ਇਹ ਜਿਹੜੀ ਸ਼ਕਤੀ ਹੈ ਇਹ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਔਰ ਸਤਿਗੁਰਾਂ ਨੇ ਨਾਂ ਰੱਖਿਆ ਮੇਰਾ ਸਿੰਘ ਹੈ। ਸਿੰਘ ਦਾ ਅਰਥ ਹੈ ਮੇਰਾ ਸ਼ੇਰ ਹੈ। ਵੇਖੋ ਨਾਮਕਰਨ ਜਿਹੜਾ ਇੱਕ ਸ਼ਕਤੀ ਹੁੰਦਾ, ਜੇ ਕਿਸੇ ਦਾ ਵਿਚਾਰੇ ਦਾ ਨਾ ਹੀ ਡਰਪੋਕ ਸਿੰਘ ਹੋਵੇ, ਨਾ ਹੀ ਬੁੱਧੂ ਰਾਮ ਹੋਵੇ, ਉਹ ਲੱਖ ਸਿਆਣਾ ਹੋਵੇ, ਲੋਕਾਂ ਨੇ ਬੁੱਧੂ ਬੁੱਧੂ ਕਹਿ ਕੇ ਮੂਰਖ ਬਣਾ ਹੀ ਦੇਣਾ। ਨਾਮ ਇੱਕ ਸ਼ਕਤੀ ਹੈ।
ਨਾਮ ਕਰਨ ਇੱਕ ਫਿਲਾਸਫੀ ਹੈ, ਨਾਮ ਇੱਕ ਆਪਣੇ ਆਪ ਵਿੱਚ ਇੱਕ ਹੋਂਦ ਹੈ। ਸਤਿਗੁਰੂ ਕਹਿੰਦੇ ਮੇਰੇ ਸ਼ੇਰ ਨੇ, ਔਰ ਇਸੇ ਲਈ ਉਹ ਸ਼ੇਰ ਕਿਸੇ ਸਮੇਂ ਦਇਆ ਰਾਮ ਚੌਥੀ ਵੰਗਾਰ ਦੇ ਉੱਤੇ ਸੀਸ ਦੇਣ ਲਈ ਆਉਂਦੇ ਨੇ, ਅਤੇ ਜਦੋਂ ਸਿੰਘ ਸੱਜਦੇ ਆ ਅਤੇ ਕਲਗੀਧਰ ਪਾਤਸ਼ਾਹ ਨੇ ਜਦੋਂ ਜ਼ਫਰਨਾਮਾ ਲਿਖਿਆ ਮਾਲਵੇ 'ਚੋਂ, ਅਤੇ ਦਇਆ ਸਿੰਘ ਕਹਿੰਦਾ ਸਤਿਗੁਰੂ ਮੈਂ ਔਰੰਗਜ਼ੇਬ ਬਾਦਸ਼ਾਹ ਨੂੰ ਤੁਹਾਡਾ ਖੱਤ ਦੇ ਕੇ ਆਉਣਾ। ਔਰ ਸੱਚਮੁੱਚ ਇੰਨੀ ਜ਼ੁਰਤ ਖਾਲਸੇ ਦੀ ਕਿ ਉਹ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਉਹ ਜ਼ਫਰਨਾਮੇ ਫਤਿਹ ਦਾ ਖੱਤ ਜਾ ਕਹਿੰਦਾ ਮੇਰੇ ਸਤਿਗੁਰੂ ਨੇ ਭੇਜਿਆ। ਮਤਲਬ ਇਹ ਇੱਕ ਹਿੰਮਤ ਹੈ, ਇਹ ਜ਼ੁਰਤ ਹੈ, ਇੱਕ ਦਲੇਰੀ ਹੈ। ਸਤਿਗੁਰੂ ਮੇਰੀਆਂ ਧੀਆਂ ਮੇਰੀਆਂ ਰਾਜਪੁੱਤਰੀਆਂ ਨੇ। ਕੌਰ ਦਾ ਅਰਥ ਰਾਜਪੁੱਤਰੀ ਵੀ ਹੈ, ਕੌਰ ਦਾ ਅਰਥ ਇੱਕ ਬੜਾ ਇੱਕ ਨਿਆਰਾ, ਜਿਹੜੀਆਂ ਰਾਜਿਆਂ ਦੀਆਂ ਧੀਆਂ ਨੂੰ ਕੰਵਰ ਕੁੰਵਰ ਰਾਜ ਧੀਆਂ ਰਾਜ ਪੁੱਤਰੀਆਂ। ਕੋਇਰ ਸ਼ਬਦ ਬਾਣੀ 'ਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਆਇਆ, ਮੁੱਛ ਮੁੱਛ ਕੋਇਰ ਲਾਇਆ, ਉਹ ਕੋਇਰ ਕੰਵਰ ਇਹ ਖਿਤਾਬ ਨੇ। ਇਹ ਸਾਨੂੰ ਲਕਬ ਦਿੱਤਾ ਸਤਿਗੁਰਾਂ ਨੇ ਕਿ ਅੱਧਾ ਨਾਮ ਸਾਡੇ ਪੇਰੈਂਟਸ ਰੱਖਦੇ ਨੇ, ਅੱਧਾ ਨਾਮ ਸਾਡਾ ਪਰਮਾਨੈਂਟ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰੱਖਿਆ। ਇਹ ਵੱਖਰੀ ਗੱਲ ਹੈ ਕਿ ਅਸੀਂ ਵਿਆਹਾਂ ਦੇ ਕਾਰਡ ਸ਼ਗਨਾਂ ਦੇ ਕਾਰਡ ਛਪਾਉਂਦੇ ਹਾਂ, ਹਰਮਨ ਵੈਡਜ਼ ਕੁਲਦੀਪ, ਉਹ ਪਤਾ ਨਹੀਂ ਲੱਗਦਾ ਇਹਨਾਂ 'ਚੋਂ ਮੁੰਡਾ ਕਿਹੜਾ ਕੁੜੀ ਕਿਹੜੀ ਆ। ਅਤੇ ਇਹ ਸਾਨੂੰ ਸਿੰਘ ਅਤੇ ਕੌਰ ਰੱਖਣਾ ਚਾਹੀਦਾ, ਕਿਉਂਕਿ ਉਹ ਨਾਮ ਸਾਡੇ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ, ਆਹ ਨਾਮ ਸਾਡੇ ਸੰਬੋਧਨ ਕਨਾਉ ਨੇ। ਪਰ ਸਾਡੀ ਹੋਂਦ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਿਤਾਬ ਨਾਲ ਸੰਪੂਰਨ ਹੁੰਦੀ ਆ, ਇਸ ਲਈ ਘਰ ਹੋਵੇ, ਕਾਰਡ ਹੋਵੇ, ਬੋਲਣਾ ਹੋਵੇ ਤਾਂ ਸਿੱਖ ਨੇ ਸੰਪੂਰਨ ਨਾਮ ਬੋਲਣਾ, ਕਿਉਂਕਿ ਉਹਦਾ ਜਿਹੜਾ ਲਕਬ ਹੈ, ਜਿਹੜਾ ਖਿਤਾਬ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਹੈ ਕਿ ਤੁਸੀਂ ਦੁਨੀਆਂ 'ਚ ਯੁਗਾਂ ਜਗੰਤਰਾਂ ਤੱਕ ਜੀਓ। ਪਰ ਜਿਹੜਾ ਅੱਧਾ ਨਾਮ ਹੈ, ਜਿਹੜਾ ਖਿਤਾਬ ਆ, ਇਹ ਕੇਵਲ ਨਾਮ ਨਹੀਂ, ਇਹ ਖਿਤਾਬ ਬਖਸ਼ਿਸ਼ ਕੀਤਾ, ਲਕਬ ਦਿੱਤਾ, ਇਹ ਸਾਡਾ ਨਾਮ ਸਿੰਘ ਅਤੇ ਕੌਰ ਸਤਿਗੁਰਾਂ ਨੇ ਸਾਨੂੰ ਵਿਸ਼ੇਸ਼ਣ ਉਹ ਦਿੱਤਾ ਕਿ ਜਿਹਦੀ ਇੱਕ ਫਿਲਾਸਫੀ ਹੈ। ਤਾਂ ਸਤਿਗੁਰਾਂ ਨੇ ਆਪਣੇ ਜਾਮੇ 'ਚ ਕਿਹਾ ਸੀ ਕਿ ਜਿਨ ਕੀ ਜਾਤ ਵਰਨ ਕੁੱਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ। ਸਤਿਗੁਰੂ ਕਹਿੰਦੇ ਜਿਨ੍ਹਾਂ ਦੀ ਵਰਨ ਵਿੱਚ, ਜਾਤ ਵਿੱਚ, ਪਰਿਵਾਰਾਂ ਵਿੱਚ ਕਦੀ ਕਿਸੇ ਨੂੰ ਸਰਦਾਰ ਨਹੀਂ ਕਿਹਾ, ਮੈਂ ਉਹਨਾਂ ਨੂੰ ਸਰਦਾਰ ਬਣਾਊਂਗਾ, ਮੈਂ ਤਾਂ ਹੀ ਗੋਬਿੰਦ ਸਿੰਘ ਨਾਮ ਕਹਾਊਂਗਾ। ਜਦੋਂ ਇਹ ਪਹਾੜੀ ਰਾਜਿਆਂ ਨੂੰ ਸਤਿਗੁਰਾਂ ਨੇ ਕਿਹਾ ਕਿ ਤੁਸੀਂ ਡਰੇ ਹੋਏ ਹੋ ਔਰੰਗਜ਼ੇਬ ਬਾਦਸ਼ਾਹ ਤੋਂ, ਤੁਸੀਂ ਵੀ ਸਿੰਘ ਸੱਜੋ, ਤੁਸੀਂ ਵੀ ਆਪਣੀ ਹੋਂਦ ਨੂੰ ਬਰਕਰਾਰ ਰੱਖੋ। ਉਹ ਡਰਪੋਕਾਂ ਦੇ ਖਿਆਲਾਤ ਡਰਪੋਕਾਂ ਵਾਲੇ ਹੁੰਦੇ, ਕਹਿੰਦੇ ਕਾਮ ਹਮਾਰਾ ਤੋਲੇ ਤੱਕੜੀ, ਕਹਿੰਦੇ ਅਸੀਂ ਤਾਂ ਐਵੇਂ ਤੱਕੜੀਆਂ ਤੁੱਕੜੀਆਂ ਤੋਲ ਕੇ ਠੂੰਗਾ ਮਾਰ ਕੇ ਬੇਈਮਾਨੀ ਕਰਨ ਵਾਲੇ ਲੋਕ ਹਾਂ, ਨੰਗੀ ਕਰਦ ਕਬੂ ਨਹੀਂ ਪਕੜੀ। ਅਸੀਂ ਤਾਂ ਔਰੰਗਜ਼ੇਬ ਦੇ ਰਾਜ ਵਿੱਚ ਨੰਗੀ ਕਰਦ ਰੱਖਣ ਦਾ ਵੀ ਅਧਿਕਾਰ ਨਹੀਂ ਸੀ ਕਿ ਮੱਤ ਇਹਦੇ ਮਨ ਵਿੱਚ ਕੋਈ ਯੁੱਧ ਵੀਰਤਾ ਆ ਜਾਏ। ਕਹਿੰਦਾ ਚਿੜੀ ਉੱਡੇ ਤੋਂ ਹਮ ਡਰ ਜਾਏ, ਮੁਗਲਨ ਸੋ ਕੈਸੇ ਲੜ ਪਾਏ। ਕਹਿੰਦੇ ਅਸੀਂ ਤਾਂ ਚਿੜੀ ਉੱਡਦੀ ਹੈ, ਸਾਡੇ ਦਿਲ ਡਰ ਜਾਂਦੇ ਨੇ, ਐਡੇ ਐਡੇ ਮੁਗਲਾਂ ਨਾਲ ਅਸੀਂ ਕਿਵੇਂ ਲੜਾਂਗੇ। ਸਤਿਗੁਰਾਂ ਦਾ ਬਚਨ ਸੀ ਚਿੜੀਓ ਸੇ ਮੈਂ ਬਾਜ ਤੜਾਊਂ, ਕਹਿੰਦੇ ਤੁਸੀਂ ਚਿੜੀਆਂ ਨਾ ਬਣੋ, ਮੈਂ ਚਿੜੀਆਂ ਦੇ ਕੋਲੋਂ ਬਾਜ ਤੜਾ ਸਕਦਾ। ਜਿਹੜਾ ਜੀਵ ਵਿਗਿਆਨ ਜੋ ਮੈਂ ਪੜ੍ਹਿਆ, ਉਹ ਕਹਿੰਦੇ ਚਿੜੀ ਦਾ ਦਿਲ ਜਿਵੇਂ ਸਧਾਰਨ ਬੰਦੇ ਦਾ ਦਿਲ ਇੱਕ ਮਿੰਟ ਵਿੱਚ 72 ਵਾਰ ਧੜਕਦਾ, ਚਿੜੀ ਦਾ ਦਿਲ 540 ਵਾਰ ਧੜਕਦਾ। ਇਸ ਲਈ ਆਪਾਂ ਪੰਜਾਬੀ ਕਹਿੰਦੇ ਇਹਨੇ ਕੀ ਕਰਨਾ, ਇਹਦਾ ਚਿੜੀ ਵਰਗਾ ਦਿਲ ਹੈ। ਕੋਈ ਕਹਿੰਦਾ ਇਹਦਾ ਮੱਛਰ ਵਰਗਾ ਦਿਲ ਹੈ, ਮੱਖੀ ਵਰਗਾ ਦਿਲ ਹੈ, ਕਬੂਤਰ ਵਰਗਾ ਦਿਲ ਹੈ। ਸਭ ਤੋਂ ਕਮਜ਼ੋਰ ਦਿਲ ਚਿੜੀ ਦਾ ਗਿਣਿਆ ਗਿਆ, ਇਸ ਲਈ ਆਪਾਂ ਚਿੜੀ ਦੀ ਉਦਾਹਰਨ ਦਿੰਦੇ ਹਾਂ। ਜਿਹੜਾ ਬਾਜ ਹੈ, ਮੈਂ ਅੱਗੇ ਵੀ ਬੇਨਤੀ ਕੀ ਸੀ, ਇਹ ਫੀਮੇਲ ਹੈ, ਇਸਤਰੀ ਲਿੰਗ ਹੈ, ਇਹ ਬਾਜ ਮਰਦ ਨਹੀਂ ਹੈ। ਮਰਦ ਬਾਜ ਨੂੰ ਜੁਰਰਾ ਕਹਿੰਦੇ ਨੇ। ਜੁਰਰਾ ਸ਼ਬਦ ਜਾਂ ਮਹਾਨ ਕੋਸ਼ ਵਿੱਚ ਆਇਆ ਜਾਂ ਬਾਬਾ ਬੁੱਲੇ ਸ਼ਾਹ ਦੀ ਰਚਨਾ ਵਿੱਚ ਆਇਆ, ਕਾਉਂ ਲਗੜ ਨੂੰ ਮਾਰਨ ਲੱਗੇ ਚਿੜੀਆਂ ਜੁਰਰੇ ਖਾਏ। ਜਿਹੜਾ ਮਰਦ ਬਾਜ ਆ ਉਹਨੂੰ ਜੁਰਰਾ ਕਹਿੰਦੇ ਆ। ਇਹ ਇਸਤਰੀ ਲਿੰਗ ਆ ਜਿਹੜਾ ਬਾਜ ਹੈ, ਇਹ ਚਿੜੀ ਵੀ ਇਸਤਰੀ ਲਿੰਗ ਹੈ, ਬਾਜ ਵੀ ਇਸਤਰੀ ਲਿੰਗ ਹੈ। ਸਤਿਗੁਰੂ ਕਈ ਵਾਰੀ ਅਸੀਂ ਵੀ ਬਚਪਨ ਵਿੱਚ ਸਮਝਦੇ ਸਾਂ ਵੀ ਬਾਜ ਤਾਂ ਫਿਰ ਬੜਾ ਵੱਡਾ, ਉਹ ਤਾਂ ਨਰਬਾਜ ਹੈ, ਨਰਬਾਜ ਨਹੀਂ, ਬਾਜ ਫੀਮੇਲ ਆ, ਜੁਰਰਾ ਜਿਹੜਾ ਮੇਲ ਹੈ। ਸਤਿਗੁਰੂ ਕਹਿੰਦੇ ਚਿੜੀਓ ਸੇ ਮੈਂ ਬਾਜ ਤੜਾਊਂ, ਤੁਸੀਂ ਮੱਤ ਕਹੋ ਇਹ ਸਮਾਜ ਚਿੜੀਆਂ ਵਰਗਾ ਡਰਪੋਕ ਹੈ, ਮੈਂ ਚਿੜੀਆਂ ਵਿੱਚ ਵੀ ਇੰਨੀ ਹਿੰਮਤ ਦੇਵਾਂਗਾ ਕਿ ਬਾਜਾਂ ਨੂੰ ਤੋੜ ਸਕਦੀਆਂ ਨੇ, ਉਹਨਾਂ ਦੇ ਖੰਭ ਭੰਨ ਸਕਦੀਆਂ ਨੇ। ਗਿੱਦੜੋਂ ਸੇ ਮੈਂ ਸ਼ੇਰ ਬਣਾਊਂ, ਗਿੱਦੜ ਬਾਰੇ ਜੀਵ ਵਿਗਿਆਨ ਕਹਿੰਦਾ ਕਿ 24 ਘੰਟੇ ਜੰਗਲ ਵਿੱਚ ਆਪਣੇ ਪਰਛਾਵੇਂ ਤੋਂ ਡਰ ਕੇ ਡਰਿਆ ਹੋਇਆ ਤੁਰਿਆ ਫਿਰਦਾ। ਗਿੱਦੜ ਦੀ ਉਦਾਹਰਨ ਆਪਾਂ ਲੋਕ ਇਸ ਲਈ ਦਿੰਦੇ ਕਿ ਗਿੱਦੜ ਵਰਗਾ ਡਰਪੋਕ ਹੈ।
ਅਸਲ ਵਿੱਚ ਉਹਦੇ ਡਰਪੋਕ ਦਾ ਕਾਰਨ ਹੈ ਕਿ ਜਿਹੜਾ ਜੀਵ ਆਪਣੇ ਪਰਛਾਵੇਂ ਤੋਂ ਡਰਦਾ ਹੋਵੇ ਸਭ ਤੋਂ ਡਰਪੋਕ ਹੁੰਦਾ। ਮੈਂ ਕਹਿੰਦਾ ਹੁੰਦਾ ਕਈ ਵਾਰੀ ਵੀ ਗਿੱਦੜ ਨੂੰ ਤਾਂ ਆਪਾਂ ਬੜੀ ਨਿੰਦਿਆ ਕਰਦੇ ਹਾਂ, ਅਤੇ ਜੇ ਗਿੱਦੜ ਦੀ ਜ਼ਬਾਨ ਲੱਗੀ ਹੋਵੇ ਤਾਂ ਉਹ ਕਹੇ ਵੀ ਤੁਸੀਂ ਵੀ ਤਾਂ ਪੰਜਾਬੀ ਲੋਕ ਕਿੰਨੇ ਡਰਪੋਕ ਹੋ, ਅੱਜ ਮੰਗਲਵਾਰ ਹੈ, ਅੱਜ ਵੀਰਵਾਰ ਹੈ, ਸ਼ਨੀਵਾਰ ਹੈ, ਬਿੱਲੀ ਰਾਹ ਕੱਟ ਗਈ, ਕੁੱਤਾ ਕੰਨ ਫਿੱਟ ਗਿਆ, ਖਾਲੀ ਟੋਕਰਾ ਮੱਥੇ ਲੱਗ ਗਿਆ, ਸੂਰਜ ਗ੍ਰਹਿਣ, ਚੰਦਰਮਾ ਗ੍ਰਹਿਣ, ਧਾਗੇ ਲੈ ਉਹ, ਤਵੀਤ ਲੈ ਉਹ, ਮੁੰਡਾ ਮੰਗਲੀਕ ਹੈ, ਫਲਾਨੇ ਨੂੰ ਆਹ ਹੋ ਗਿਆ ਜੀ, ਉਹਨੂੰ ਟੂਣਾ ਕਰਤਾ ਜੀ। ਉਹ ਗਿੱਦੜ ਨਾ ਕਹੇਗਾ ਵੀ ਭਲਿਓ ਮਾਣਸੋ ਮੇਰੀ ਨਿੰਦਿਆ ਕਿਉਂ ਕਰਦੇ ਹੋ, ਡਰਪੋਕ ਤਾਂ ਤੁਸੀਂ ਵੀ ਹੋ। ਇਹ ਡਰਪੋਕ ਪੁਣਾ ਇਹ ਸੱਭਿਆਚਾਰ ਵਿੱਚ ਕਿਸੇ 'ਚ ਹੁੰਦਾ। ਸਤਿਗੁਰੂ ਕਹਿੰਦੇ ਜਿਹੜੇ ਤੁਸੀਂ ਪਰਛਾਵਿਆਂ ਤੋਂ ਡਰਦੇ ਹੋ, ਗਿੱਦੜੋਂ ਸੇ ਮੈਂ ਸ਼ੇਰ ਬਣਾਉਂ। ਅਤੇ ਸ਼ੇਰ ਬਾਰੇ ਜਿਹੜੇ ਆਪਣੇ ਇੱਕ ਬੜੇ ਅੱਛੇ ਫਿਲਾਸਫਰ ਹੋਏ ਨੇ ਕਪੂਰ ਸਿੰਘ, ਉਹਨਾਂ ਨੇ ਬੜਾ ਪਿਆਰਾ ਲਿਖਿਆ ਹੁੰਦਾ, ਸ਼ੇਰ ਪਹਿਲਾਂ ਆਪਣੇ ਘੁਰਨੇ 'ਚੋਂ ਨਿਕਲ ਕੇ ਭਭਕਦਾ ਗਰਜਦਾ ਵੀ ਠੀਕ ਆ, ਉਹਦੀ ਖੁਰਾਕ ਮਾਸ ਹੈ, ਪਰ ਉਹ ਕਿਸੇ ਕਹਿੰਦਾ ਵੀ ਜਿਹਨੇ ਭੱਜਣਾ ਭੱਜੋ ਭਾਈ, ਮੈਂ ਕਿਸੇ ਨੂੰ ਮਾਰਨ ਵਾਲਾ ਵੀ ਨਹੀਂ ਹਾਂ। ਉਹਦੀ ਗਰਜ ਦਾ ਮਤਲਬ ਹੈ ਜੇ ਕਿਸੇ ਨੇ ਲੁਕਣਾ ਲੁਕ ਜਾਓ, ਮੈਂ ਕਿਸੇ ਦੇ ਬੇਈਮਾਨੀ ਕਰਕੇ ਵੀ ਸ਼ਿਕਾਰ ਨਹੀਂ ਕਰਦਾ। ਉਹ ਵੱਗ ਬਣਾ ਕੇ ਨਹੀਂ ਤੁਰਦਾ, ਉਹਦੇ 'ਚ ਹਿੰਮਤ ਆ ਤੁਰਨ ਦੀ, ਇਹ ਤਾਂ ਕੁਦਰਤ ਦਾ ਇੱਕ ਵਰਤਾਰਾ ਹੈ। ਸਤਿਗੁਰੂ ਕਹਿੰਦੇ ਜਿਨ੍ਹਾਂ ਦੀਆਂ ਗਿੱਦੜ ਵਰਗੀਆਂ ਬਿਰਤੀਆਂ ਨੇ, ਜਿਹੜੇ ਪਰਛਾਵਿਆਂ ਤੋਂ ਡਰਦੇ, ਮੈਂ ਉਹਨਾਂ ਨੂੰ ਸ਼ੇਰ ਬਣਾਉਂ, 1,25,000 ਸੇ ਏਕ ਲੜਾਉਂ। ਮੇਰਾ ਇਕੱਲਾ ਇਕੱਲਾ ਸਿੰਘ ਵੀ 1,25,000 ਨਾਲ ਲੜਨ ਦੀ ਹਿੰਮਤ ਰੱਖੇਗਾ। ਇਹ ਖਿਦਰਾਣੇ ਦੀ ਢਾਬ 'ਤੇ ਵੀ ਇਵੇਂ ਹੋਇਆ, ਚਮਕੌਰ ਸਾਹਿਬ ਵਿੱਚ ਵੀ ਇਵੇਂ ਹੋਇਆ, ਸਰਸਾ ਨਦੀ ਦੇ ਕੰਢੇ 'ਤੇ ਵੀ ਇਵੇਂ ਹੋਇਆ, ਅਨੰਦਪੁਰ ਸਾਹਿਬ ਦੀਆਂ ਜੰਗਾਂ 'ਚ ਵੀ ਇਵੇਂ ਹੋਇਆ, ਭੰਗਾਣੀ ਦੇ ਯੁੱਧ ਵਿੱਚ ਵੀ ਇਵੇਂ ਹੋਇਆ। ਬੜੀ ਵੇਰ ਇਕੱਲਾ ਇਕੱਲਾ ਖਾਲਸਾ 1,25,000 ਨਾਲ ਹਮੇਸ਼ਾ ਲੜਿਆ। ਇਹ ਇੱਕ ਹੈਗੀ ਜੁਰਤ, ਦਲੇਰੀ, ਇੱਕ ਹਿੰਮਤ ਜਿਹੜੀ ਸਤਿਗੁਰਾਂ ਨੇ, ਸਤਿਗੁਰੂ ਕਹਿੰਦੇ ਤਬੈ ਗੋਬਿੰਦ ਸਿੰਘ ਨਾਮ ਕਹਾਉਂ। ਇਹ ਮਹਾਨਤਾ ਸਤਿਗੁਰਾਂ ਨੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਕੇ ਆਪਣੇ ਖਾਲਸੇ ਨੂੰ ਦਿੱਤੀ, ਔਰ ਇਹ ਉਹਦਾ ਨਿਆਰਾਪਣ ਜਿਹੜਾ, ਕਿਉਂਕਿ ਪੁਰਾਤਨ ਚੱਲੀ ਆਉਂਦੀ ਹੋਈ ਮਰਯਾਦਾ ਚਰਨਾਮ੍ਰਿਤ ਦੀ ਖੰਡੇ ਕੀ ਪਹੁਲ ਵਿੱਚ ਤਬਦੀਲ ਹੋਈ। ਇਹਨੂੰ ਭਾਈ ਗੁਰਦਾਸ ਸਿੰਘ ਦੂਜੇ ਨੇ ਲਿਖਿਆ, ਵਾਰ ਵਾਹ ਪ੍ਰਗਟਿਓ ਮਰਦ ਅਗੰਮੜਾ, ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਗੁਰ ਸਿਮਰ ਮਨਾਈ ਕਾਲਕਾ, ਖੰਡੇ ਕੀ ਵੇਲਾ। ਜਦੋਂ ਖੰਡੇ ਦੀ ਪਹੁਲ ਦੇਣ ਦਾ ਵੇਲਾ ਸਮਾਂ ਆਇਆ, ਗੁਰੂ ਨੇ ਅਕਾਲ ਪੁਰਖ ਨੂੰ ਸਿਮਰਿਆ, ਜਿਹੜਾ ਹੈ ਸਤਿਗੁਰੂ ਕਹਿੰਦੇ ਨੇ ਮਹਾਂਕਾਲ ਕਾਲਕਾ ਰਾਧੀ। ਕਈਆਂ ਦੀ ਸਮਝ ਵਿੱਚ ਨਹੀਂ ਆਉਂਦਾ, ਸਾਡੇ ਜਿਹੜੇ ਬਾਹਰ ਕੁਝ ਸੋਸ਼ਲ ਮੀਡੀਆ ਵਾਲੇ ਸ਼ੇਰ ਨੇ, ਸਤਿਗੁਰੂ ਕਹਿੰਦੇ ਵੀ ਮੈਂ ਕਾਲਕਾ ਵੀ ਜਿਹੜਾ ਮਹਾਂਕਾਲ ਹੈ, ਹੁਣ ਇਹ ਹੈਗਾ ਕਾਵ ਰੂਪ, ਮਹਾਂਕਾਲ ਕਾਲਕਾ ਰਾਧੀ। ਆਮ ਬੰਦੇ ਨੂੰ ਹੁੰਦਾ ਵੀ ਕਾਲਕਾ ਕੋਈ ਦੇਵੀ ਹੈ ਜਿਹੜੀ ਸਤਿਗੁਰੂ ਨੇ ਰਾਧੀ। ਇਹਨੂੰ ਜਦੋਂ ਸਹਿਜ ਭਾਵੀ ਕੋਈ ਸਮਝੇਗਾ, ਕਾਲਕਾ ਮਹਾਂਕਾਲ, ਮਹਾਂਕਾਲ ਕਾਲਕਾ ਰਾਧੀ, ਇਹ ਕਾਵ ਰੂਪ ਹੈ। ਜਿਵੇਂ ਪੁੰਨ ਰਸ਼ਸ ਕਾ ਕਾਟਾ ਸੀਸਾ, ਸ੍ਰੀ ਅਸਕੇਤ ਜਗਤ ਕੇ ਈਸਾ। ਹੁਣ ਉੱਥੇ ਕਿਉਂਕਿ ਈਸਾ ਈਸ਼ਵਰ ਵਾਸਤੇ ਹੈ ਅਤੇ ਸੀਸਾ ਸੀਸ ਵਾਸਤੇ ਹੈ, ਕਾਵ ਰੂਪ ਵਿੱਚ ਕਈ ਰਹੱਸ ਹੁੰਦੇ ਆ ਕਿ ਸੀਸ ਦੀ ਥਾਂ 'ਤੇ ਸੀਸਾ ਸ਼ਬਦ ਆਇਆ ਅਤੇ ਈਸ਼ ਦੀ ਥਾਂ 'ਤੇ ਈਸਾ ਸ਼ਬਦ ਆਇਆ। ਇਸੇ ਤਰ੍ਹਾਂ ਸਤਿਗੁਰਾਂ ਦਾ ਜਿਹੜਾ ਵਿਚਿੱਤਰ ਨਾਟਕ ਵਿੱਚ ਹੈ ਕਿ ਸਤਿਗੁਰਾਂ ਨੇ ਕਾਲਕਾ ਵੀ ਜਿਹੜਾ ਮਹਾਂਕਾਲ ਹੈ, ਉਹ ਮਹਾਂਕਾਲ ਵੱਡਾ ਕਾਲ, ਵੱਡਾ ਕਾਲ ਅਕਾਲ ਪੁਰਖ, ਜਿਹਨੂੰ ਆਪਾਂ ਅਕਾਲ ਪੁਰਖ ਕਹਿੰਦੇ ਹਾਂ। ਇਸ ਲਈ ਸਤਿਗੁਰਾਂ ਨੇ, ਇਹ ਭਾਈ ਗੁਰਦਾਸ ਜੀ ਨੇ ਉਹੀ ਭੇਦ ਫਿਰ ਅੱਗੇ ਲਿਆਂਦਾ, ਗੁਰ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ। ਜਦੋਂ ਖੰਡੇ ਦੀ ਪਹੁਲ ਦੇਣ ਦਾ ਵੇਲਾ ਆਇਆ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਨੂੰ ਕਾਲਕੇ ਕਾਲ ਨੂੰ ਜਿਹੜਾ ਸਿਮਰਿਆ, ਅਤੇ ਉਹ ਸਿਮਰਨਾ ਕੀ ਸੀ, ਪੰਜਾਂ ਬਾਣੀਆਂ ਦਾ ਜਾਪ ਕਰਕੇ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ। ਉਹ ਪੰਜ ਬਾਣੀਆਂ ਦਾ ਹਵਾਲਾ, ਇੱਕ ਭਾਈ ਜੈਤਾ ਜੀ ਜਿਹੜੇ 9ਵੇਂ ਪਾਤਸ਼ਾਹ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਵਿਖੇ ਆਏ ਸਨ, ਉਹਨਾਂ ਦੀ ਇੱਕ ਰਚਨਾ ਥੋੜ੍ਹੇ ਸਾਲ ਪਹਿਲਾਂ ਪ੍ਰਕਾਸ਼ਿਤ ਹੋਈ। ਉਹਨਾਂ ਦਾ ਹੱਥ ਲਿਖਤ ਖਰੜਾ ਸੀ, ਉਹ ਕਿਸੇ ਲਾਇਬ੍ਰੇਰੀ ਵਿੱਚ ਪਿਆ ਰਿਹਾ, ਅਤੇ ਥੋੜ੍ਹੇ ਸਾਲ ਪਹਿਲਾਂ ਡਾਕਟਰ ਗੁਰਮੁਖ ਸਿੰਘ ਹੋਰਾਂ ਨੇ ਉਹਦੀ ਸੰਪਾਦਨਾ ਕੀਤੀ। ਉਹ ਭਾਈ ਜੈਤਾ ਜੀ ਦੇ ਹੱਥ ਲਿਖਤ ਖਰੜੇ ਵਿੱਚ ਅੰਕਿਤ ਹੈ, ਕਿਉਂਕਿ ਭਾਈ ਜੈਤਾ ਜੀ ਅੰਮ੍ਰਿਤ ਛੱਕ ਕੇ ਬਾਬਾ ਜੀਵਨ ਸਿੰਘ ਬਣੇ, ਫਿਰ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ। ਉਹਦੇ ਵਿੱਚ ਉਹਨਾਂ ਨੇ ਸਾਰੀਆਂ ਬਾਣੀਆਂ ਦਾ ਹਵਾਲਾ ਦਿੱਤਾ ਵੀ ਪਹਿਲਾਂ ਸਤਿਗੁਰਾਂ ਨੇ ਜਪਜੀ ਸਾਹਿਬ ਦਾ ਜਾਪ ਕੀਤਾ, ਫਿਰ ਜਾਪ ਸਾਹਿਬ ਪੜ੍ਹਿਆ, ਫਿਰ ਸਵਈਏ ਪੜ੍ਹੇ, ਫਿਰ ਚੌਪੀ ਦਾ ਪਾਠ ਕੀਤਾ, ਔਰ ਫਿਰ ਆਨੰਦ ਸਾਹਿਬ ਪੜ੍ਹਿਆ। ਇਹ ਸਮਕਾਲੀ ਹਾਲਾਤ ਇਤਿਹਾਸ ਵਿੱਚ ਹਨ, ਇਹਨੂੰ ਕੋਈ ਨਾ ਪੜ੍ਹਿਆ, ਚਲੋ ਸਾਰੀ ਦੁਨੀਆ ਨੇ ਨਹੀਂ ਪੜ੍ਹਨਾ ਹੁੰਦਾ, ਕੁਝ ਬੰਦਿਆਂ ਦੀ ਡਿਊਟੀ ਹੁੰਦੀ ਆ
ਵੀ ਚੰਗਾ ਪੜ੍ਹ ਕੇ ਚੰਗਾ ਸਮਾਜ ਨੂੰ ਦੇਣਾ, ਤਾਂ ਕਿ ਸਮਾਜ ਆਪਣੇ ਗੁਰੂ ਦੇ ਫਲਸਫੇ ਉੱਤੇ ਮਾਣ ਕਰੇ, ਆਪਣੀ ਹੋਂਦ ਉੱਤੇ ਮਾਣ ਕਰੇ। ਤਾਂ ਇਹ ਸਤਿਗੁਰਾਂ ਦਾ ਉਹ ਮਹਾਨ ਦਿਨ ਸੀ ਜਿਹੜੀ ਬਿਨਾਂ ਭੇਦਭਾਵ ਦੇ ਸਤਿਗੁਰੂ ਕਹਿੰਦੇ ਅੱਜ ਤੋਂ ਤੁਹਾਡਾ ਕੁੱਲ ਨਾਸ਼, ਕਿਰਤ ਨਾਸ਼, ਧਰਮ ਨਾਸ਼। ਜੋ ਪਿਛਲਾ ਸੀ, ਤੁਹਾਡੀ ਪਿਛਲੀ ਕੁੱਲ ਕਿਹੜੀ ਸੀ, ਅੱਜ ਤੋਂ ਖਤਮ, ਤੁਸੀਂ ਕੇਵਲ ਅਤੇ ਕੇਵਲ ਖਾਲਸਾ ਹੋ। ਤੁਹਾਡਾ ਧਰਮ ਕਿਹੜਾ ਸੀ, ਅੱਜ ਤੋਂ ਤੁਹਾਡਾ ਸਿੱਖ ਪੰਥ, ਤੁਸੀਂ ਖਾਲਸੇ ਲੋਕ ਹੋ। ਮਤ ਕਹੋ, ਕੋਈ ਕਹੇ ਕਿ ਮੈਂ ਫਲਾਨੀ ਸ਼੍ਰੇਣੀ ਦਾ ਸੀ, ਮੈਂ ਫਲਾਨੀ ਸ਼੍ਰੇਣੀ ਦਾ ਸੀ। ਤੁਸੀਂ ਪਿੱਛੇ ਜੋ ਵੀ ਕਰਮ ਕੀਤਾ, ਅੱਜ ਤੋਂ ਤੁਹਾਡੇ ਪਿਛਲੇ ਕਰਮ ਕੱਟੇ ਗਏ। ਅੱਜ ਤੋਂ ਤੁਹਾਡਾ ਕਰਮ ਕੇਵਲ ਅਤੇ ਕੇਵਲ ਖਾਲਸਾ ਹੀ ਕਰਮ ਹੈ। ਤੁਸੀਂ ਅਕਾਲ ਪੁਰਖ ਦੀ ਬਾਣੀ ਪੜ੍ਹਦਿਆਂ ਜੀਵਨ ਜਿਉਣਾ, ਅਕਾਲ ਦੇ ਭਾਣੇ ਵਿੱਚ ਰਹਿਣਾ। ਤੁਸੀਂ ਵਾਹਿਗੁਰੂ ਦੇ ਖਾਲਸੇ ਹੋ, ਅਤੇ ਜਿੱਥੇ ਵੀ ਤੁਹਾਡੀ ਫਤਿਹ ਹੋਏਗੀ, ਉਹ ਵੀ ਵਾਹਿਗੁਰੂ ਜੀ ਕੀ ਫਤਿਹ ਹੋਣੀ ਆ, ਤਾਂ ਕਿ ਤੁਹਾਡੇ ਮਨ ਵਿੱਚ ਹਉਮੈ ਹੰਕਾਰ ਨਾ ਆ ਜਾਵੇ ਵੀ ਅਸੀਂ ਜੰਗ ਜਿੱਤੀ ਹੈ, ਅਸੀਂ ਆਹ ਕੁਝ ਕੀਤਾ। ਇਸੇ ਲਈ ਸਾਡੇ ਜਿਹੜੇ ਵਡੇਰੇ ਧਰਮੀ ਲੋਕ ਸਨ, ਉਹਨਾਂ ਦਾ ਇੱਕ ਬਚਨ ਹੁੰਦਾ ਸੀ ਵੀ ਇਹ ਕਰਾਉਣ ਵਾਲਾ ਅਕਾਲ ਪੁਰਖ ਹੈ, ਅਸੀਂ ਕੁਝ ਨਹੀਂ ਕੀਤਾ। ਜੇ ਅਸੀਂ ਚੰਗਾ ਕੀਤਾ, ਸਾਡੇ ਕੋਲੋਂ ਸਤਿਗੁਰੂ ਨੇ ਰਹਿਮਤ ਕਰਕੇ ਕਰਾਇਆ, ਇਹ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਹੋਇਆ, ਇਹ ਉਸ ਪਰਮਾਤਮਾ ਦੀ ਰਹਿਮਤ ਨਾਲ ਅਸੀਂ ਆਹ ਕੁਝ ਕਰ ਸਕੇ ਹਾਂ। ਸਾਨੂੰ ਯੋਗ ਬਣਾਇਆ, ਸਾਨੂੰ ਹਿੰਮਤ ਦਿੱਤੀ, ਸਾਨੂੰ ਦਲੇਰੀ ਦਿੱਤੀ, ਸਾਨੂੰ ਹੋਂਦ ਦਿੱਤੀ, ਇਹ ਤਾਂ ਕਿ ਸਾਡੇ ਮਨ ਵਿੱਚ ਹੋਮੇ ਨਾ ਆਵੇ। ਇੱਕ ਵਚਨ ਖਾਸ ਕਰਕੇ ਕਹਿੰਦੇ ਵੀ ਸਿੱਖਾਂ ਨੇ ਕਿਸੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪੁੱਛਿਆ ਕਿ ਸਤਿਗੁਰੂ, ਦੁਨੀਆ 'ਚ ਬੜੇ ਧਰਮ ਨੇ, ਸਾਡੇ ਨਾ ਹਿੰਦੁਸਤਾਨ ਵਿੱਚ ਧਰਮੀਆਂ ਦੀ ਵੀ ਪਰਿਭਾਸ਼ਾ ਇੱਕ ਨਹੀਂ ਹੈ। ਕਈ ਲੋਕ ਬਹੁਤ ਗੰਦਾ ਜੀਵਨ ਜਿਉਂਦੇ ਸਨ, ਵਾਮ ਮਾਰਗੀਆਂ ਵਿੱਚ ਸਾਰੇ ਹੀ ਐਬ ਸਨ, ਸ਼ਾਕਤ ਮਤੀਆਂ ਵਿੱਚ ਬੜੇ ਐਬ ਸਨ, ਅਤੇ ਕਈਆਂ ਨੇ ਕਹਿਣਾ ਵੀ ਇਹ ਬੰਦਾ ਬੜਾ ਹੀ ਗੰਦਾ ਰਹਿੰਦਾ, ਇਹ ਬੜਾ ਪਹੁੰਚਿਆ ਹੋਇਆ। ਇਹ ਸਾਡੀ ਨਾ ਸਧਾਰਨ ਜੀ ਹੁੰਦਾ ਹੈ ਵੀ ਕੋਈ ਚਿੱਕੜ ਦਾ ਲਿਬੜਿਆ ਤੁਰਿਆ ਫਿਰੇ, ਕੋਈ ਬਾਂਦਰ ਵਰਗੀ ਸ਼ਕਲ ਬਣਾ ਕੇ, ਕਈਆਂ ਨੇ ਅੱਜ ਕੱਲ੍ਹ ਉਹ ਚਿਹਰੇ 'ਤੇ ਨਾ ਉਹ ਵੱਡੀ ਪੂਛ ਲਾਈ ਹੁੰਦੀ ਪਿੱਛੇ, ਤਾਂ ਮੂੰਹ ਲਾਲ ਕੀਤਾ ਹੁੰਦਾ, ਉੱਤੇ ਟੋਪ ਲਿਆ, ਅਤੇ ਕਈ ਲੋਕ ਉਹੀ ਮੱਥਾ ਟੇਕੀ ਜਾਣਗੇ ਵੀ ਇਹ ਬਾਂਦਰ ਦੇਵਤਾ ਹੀ ਆ, ਅਤੇ ਵੀ ਇਹ ਵੀ ਬੜਾ ਵੱਡਾ ਧਰਮੀ ਆ। ਤਾਂ ਸਿੱਖਾਂ ਦਾ ਸਵਾਲ ਸੀ, ਸਤਿਗੁਰੂ, ਜਿਹੜੇ ਲੋਕ ਇੰਨੇ ਮਲੀਨ ਰਹਿੰਦੇ ਆ, ਕੀ ਰੱਬ ਇਹਨਾਂ ਨੂੰ ਮਿਲਦਾ, ਜਾਂ ਜਿਹੜੇ ਆ ਬਭੂਤੀ ਮਲ ਕੇ ਘਰ ਘਰ ਤੁਰੇ ਫਿਰਦੇ ਆ ਪਿੰਡੇ 'ਤੇ ਸੁਆਹ ਮਲ ਕੇ, ਕੀ ਰੱਬ ਇਹਨਾਂ ਨੂੰ ਮਿਲਦਾ, ਜਾਂ ਜਿਹੜੇ ਮਸਾਣਾ ਦੇ ਵਿੱਚ ਰਾਤਾਂ ਕੱਟਦੇ ਨੇ 40-40 ਦਿਨ ਗਿਣਤੀ ਕਰਕੇ ਵੀ ਅਸੀਂ ਸਿਵਿਆਂ 'ਚ ਰਾਤਾਂ ਕੱਟੀਆਂ, ਕੀ ਰੱਬ ਇਹਨਾਂ ਨੂੰ ਮਿਲਦਾ। ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਵਿੱਚ ਇੱਕ ਬੜਾ ਹੀ ਪਿਆਰਾ ਸਵਈਆ ਆਉਂਦਾ, ਸਤਿਗੁਰੂ ਕਹਿੰਦੇ ਖੂਕ ਮਲਹਾਰੀ, ਖੂਕ ਕਹਿੰਦੇ ਸੂਰ ਨੂੰ, ਸਤਿਗੁਰੂ ਕਹਿੰਦੇ ਜੇ ਗੰਦੇ ਰਹਿਣ ਨਾਲ ਰੱਬ ਮਿਲਦਾ ਹੋਵੇ ਤਾਂ ਸੂਰ ਵਰਗਾ ਗੰਦਾ ਕੋਈ ਨਹੀਂ ਹੋ ਸਕਦਾ, ਇਹ ਚਿੱਕੜ 'ਚ ਰਹਿੰਦਾ, ਚਿੱਕੜ 'ਚ ਖਾਂਦਾ, ਚਿੱਕੜ 'ਚ ਲੇਟੀਆਂ ਲਾਉਂਦਾ। ਅਤੇ ਸਤਿਗੁਰੂ ਕਹਿੰਦੇ ਫਿਰ ਬੰਦੇ ਨੂੰ ਰੱਬ ਨਹੀਂ ਮਿਲੂਗਾ, ਫਿਰ ਸੂਰ ਨੂੰ ਮਿਲੂਗਾ, ਕਿ ਸੂਰ ਜਿੰਨਾ ਮੈਲਾ ਕੋਈ ਨਹੀਂ ਹੋ ਸਕਦਾ। ਗਜ ਗਧਾ ਬਭੂਤ ਧਾਰੀ, ਜੇ ਬਭੂਤੀ ਮਲਣ ਨਾਲ ਰੱਬ ਮਿਲਦਾ ਹੋਵੇ, ਗਜ ਕਹਿੰਦੇ ਹਾਥੀ ਨੂੰ ਅਤੇ ਗਧਾ ਕਹਿੰਦੇ ਖੋਤੇ ਨੂੰ, ਜਿਹਨੂੰ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਚੋਆ ਚੰਦਨ ਪਰਹਰ ਹੈ ਖਰ ਖੇ ਪਲੱਟੈ, ਕਹਿੰਦੇ ਚੰਦਨ ਦਾ ਲੇਪ ਵੀ ਕਰ ਦਿਉ ਖੋਤੇ ਨੂੰ, ਇਹਨੇ ਜਾ ਕੇ ਲਿਟਣਾ ਫਿਰ ਮਿੱਟੀ ਵਿੱਚ ਹੈ। ਕੁੱਤਾ ਰਾਜ ਬਹਾਲੀ ਹੈ ਫਿਰ ਚੱਕੀ ਚੱਟੈ, ਕੁੱਤੇ ਨੂੰ ਭਾਵੇਂ ਤਖ਼ਤ 'ਤੇ ਬਿਠਾ ਦਿਓ, ਜਦੋਂ ਉਹਨੂੰ ਪਤਾ ਲੱਗ ਗਿਆ ਚੱਕੀ ਨੂੰ ਆਟਾ ਲੱਗਾ, ਇਹਨੇ ਚੱਟਣ ਵਾਸਤੇ ਚੱਕੀ ਨੂੰ ਫਿਰ ਭੱਜ ਜਾਣਾ, ਬਾਦਸ਼ਾਹੀ ਛੱਡ ਕੇ ਭੱਜ ਜਾਣਾ, ਇਹਦਾ ਸੁਭਾਅ। ਸਤਿਗੁਰੂ ਕਹਿੰਦੇ ਜੇ ਬਭੂਤੀ ਮਲਣ ਦੇ ਨਾਲ ਰੱਬ ਮਿਲਦਾ ਹੋਵੇ, ਗਜ ਗਧਾ ਬਭੂਤ ਧਾਰੀ, ਹਾਥੀ ਤੋਂ ਖੋਤੇ ਤੋਂ ਵੱਡਾ ਕੋਈ ਬਭੂਤ ਧਾਰੀ ਨਹੀਂ ਹੋ ਸਕਦਾ। ਸਤਿਗੁਰੂ ਕਹਿੰਦੇ ਗਿਦੂਆ ਮਸਾਨ ਵਾਸ ਕਰਿਓ ਹੀ ਕਰਤ ਹੈ, ਗਿਦੂਆ ਕਹਿੰਦੇ ਗਿੱਦੜ ਨੂੰ, ਕਹਿੰਦੇ ਜੇ ਮਸਾਣਾ ਵਿੱਚ ਲੁਕਣ ਨਾਲ ਅਤੇ ਦਿਨ ਕੱਟਣ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਗਿੱਦੜ ਨੂੰ ਰੱਬ ਮਿਲੇਗਾ, ਬੰਦੇ ਨੂੰ ਫਿਰ ਨਹੀਂ ਮਿਲ ਸਕਦਾ, ਗਿੱਦੜ ਜਿੰਨਾ ਡਰਪੋਕ ਤਾਂ ਬੰਦਾ ਹੋ ਨਹੀਂ ਸਕਦਾ। ਅੱਗੇ ਸਤਿਗੁਰੂ ਕਹਿੰਦੇ ਘੁੱਗੂ ਮੱਠ ਵਾਸੀ ਲੱਗੇ ਡੋਲਤ ਉਦਾਸੀ ਮਿਰਗ ਤਰਵਰ ਸਦੀਵ ਮੋਨ ਸਾਧੇ ਹੀ ਮਰਤ ਹੈ। ਘੁੱਗੂ ਕਹਿੰਦੇ ਉੱਲੂ ਨੂੰ, ਵੀ ਜੇ ਕੋਈ ਕਹੇ ਮੱਠਾਂ ਵਿੱਚ ਦਿਨ ਕੱਟਣ ਨਾਲ ਰੱਬ ਮਿਲਦਾ, ਸਤਿਗੁਰੂ ਕਹਿੰਦੇ ਫਿਰ ਉੱਲੂ ਨੂੰ ਮਿਲੇਗਾ। ਘੁੱਗੂ ਦਾ ਅਰਥ ਹੈ ਉੱਲੂ, ਆਪਾਂ ਪੰਜਾਬੀ ਵਾਲੇ ਕਹਿੰਦੇ ਜਾਓ ਇਹ ਘੁੱਗੂ ਆ ਜਾ, ਇਹ ਕੀ ਘੁੱਗੂ ਜਿਹਾ, ਅਤੇ ਘੁੱਗੂ ਦਾ ਅਰਥ ਵੈਸੇ ਉੱਲੂ ਹੁੰਦਾ। ਸਤਿਗੁਰੂ ਕਹਿੰਦੇ ਜੇ ਮੱਠਾਂ 'ਚ ਦਿਨ ਕੱਟਣ ਨਾਲ ਰੱਬ ਮਿਲਦਾ ਹੋਵੇ, ਘੁੱਗੂ ਨੂੰ ਉੱਲੂ ਨੂੰ ਮਿਲੇਗਾ। ਘੁੱਗੂ ਮੱਠ ਵਾਸੀ ਲੱਗੇ ਡੋਲਤ ਉਦਾਸੀ ਮਿਰਗ, ਜੇ ਉਪਰਾਮ ਰਹਿਣ ਨਾਲ ਮਿਲਦਾ ਹੋਵੇ ਤਾਂ ਮਿਰਗ ਜਿਹੜੇ ਆ
ਉਹ ਜੰਗਲਾਂ ਬੀਆਬਾਨਾਂ ਵਿੱਚ ਅਪਰਾਮ ਹੋ ਕੇ ਤੁਰੇ ਫਿਰਦੇ ਨੇ, ਅਤੇ ਜੇ ਚੁੱਪ ਰਹਿਣ ਨਾਲ ਮਿਲਦਾ ਹੋਵੇ ਤਾਂ ਸਤਿਗੁਰੂ ਕਹਿੰਦੇ ਤਰਵਰ ਸਦੀਵ ਮੌਨ ਸਾਧੇ ਹੀ ਮਰਤ ਹੈ। ਤਰਵਰ ਕਹਿੰਦੇ ਰੁੱਖ ਨੂੰ, ਜੈਸੇ ਤਰਵਰ ਪੰਖ ਬਸੇਰਾ ਪ੍ਰਾਣੀ, ਕਿਆ ਮੇਰਾ ਕਿਆ ਤੇਰਾ। ਸਤਿਗੁਰੂ ਕਹਿੰਦੇ ਜੇ ਚੁੱਪ ਰਹਿਣ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਰੁੱਖਾਂ ਨੂੰ ਮਿਲੇਗਾ, ਸੈਂਕੜੇ ਸਾਲ ਚੁੱਪ ਚਾਪ ਖੜ੍ਹੇ ਰਹਿੰਦੇ। ਅੱਗੇ ਸਤਿਗੁਰੂ ਕਹਿੰਦੇ ਬਿੰਦ ਕੇ ਸਦਈਆ ਤਾਂ ਹੈ ਹੀਜ ਕੋ ਵਡਈਆ ਦੇਤ, ਬਾਂਦਰ ਸਦੀਵ ਪਾਉਂ ਨਾਂਗੇ ਹੀ ਫਿਰਤ ਹੈ। ਜੇ ਗ੍ਰਹਿਸਤ ਤਿਆਗਣ ਦੇ ਨਾਲ ਰੱਬ ਮਿਲਦਾ ਹੋਵੇ ਤਾਂ ਫਿਰ ਤਾਂ ਹੀਜੜੇ ਨੂੰ ਖੁਸਰੇ ਨੂੰ ਮਿਲੇਗਾ। ਬਾਣੀ 'ਚ ਵੀ ਆਉਂਦਾ ਨਾ, ਬਿੰਦ ਰਾਖ ਜੋ ਤਰੀਏ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਭਗਤ ਬਾਣੀ ਵਿੱਚ ਹੈ ਵੀ ਜੇ ਗ੍ਰਹਿਸਤ ਤਿਆਗਣ ਦੇ ਨਾਲ ਰੱਬ ਮਿਲਦਾ ਹੁੰਦਾ ਫਿਰ ਪਰਮਗਤੀ ਤਾਂ ਖੁਸਰੇ ਨੂੰ ਪਾਉਣੀ ਚਾਹੀਦੀ ਸੀ, ਬੰਦਾ ਤਾਂ ਫਿਰ ਕਿਸੇ ਥਾਂ 'ਤੇ ਨਹੀਂ ਆਉਂਦਾ। ਇਹ ਸ਼ਬਦ ਪਨਕਰਨ ਸਤਿਗੁਰਾਂ ਨੇ ਦਸਮ ਬਾਣੀ 'ਚ ਆਇਆ, ਬਿੰਦ ਕੇ ਸਦਈਆ ਤਾਂ ਹੈ ਹੀਜ ਕੋ ਵਡਈਆ ਦੇਤ, ਫਿਰ ਤਾਂ ਹੀਜੜੇ ਨੂੰ ਵਡਾਈ ਮਿਲੇਗੀ। ਜੇ ਨੰਗੇ ਪੈਰੀ ਰਹਿਣ ਦੇ ਨਾਲ ਰੱਬ ਮਿਲਦਾ ਹੋਵੇ, ਸਤਿਗੁਰੂ ਕਹਿੰਦੇ ਬਾਂਦਰ ਸਦੀਵ ਪਾਉਂ ਨਾਂਗੇ ਹੀ ਫਿਰਤ ਹੈ। ਇਹ ਬਾਂਦਰਾਂ ਦੀ ਫੌਜ ਸਾਰੀ, ਇਹ ਬੜੇ ਸੁਚੇਤ ਇੱਕ ਬੰਦਾ ਤਾਂ ਡਾਰਵਨ ਦੀ ਥਿਊਰੀ ਕਹਿੰਦੀ ਵੀ ਆਪਣੇ ਪੂਰਵਜ ਨੇ ਬਾਂਦਰ ਵਿਕਾਸ ਕਰਕੇ ਹੌਲੀ ਹੌਲੀ ਸ਼ਾਇਦ ਮਨੁੱਖੀ ਜਾਮੇ 'ਚ ਆਇਆ। ਅਤੇ ਜੇ ਇੰਨਾ ਸੁਚੇਤ ਇਹ ਬਾਂਦਰ ਹੈ, ਇਹ ਸਾਰੀ ਫੌਜ ਨੰਗੇ ਪੈਰੀ ਛਾਲਾਂ ਮਾਰਦੀ ਫਿਰਦੀ ਹੈ, ਅਤੇ ਬੰਦਾ ਤਾਂ ਇੰਨੀਆਂ ਛਾਲਾਂ ਮਾਰ ਹੀ ਨਹੀਂ ਸਕਦਾ ਜੁੱਤੀ ਲਾ ਕੇ ਜਿੰਨੇ ਬਾਂਦਰ ਮਾਰਦੇ ਨੇ। ਫਿਰ ਸਤਿਗੁਰੂ ਕਹਿੰਦੇ ਰੱਬ ਤਾਂ ਫਿਰ ਬਾਂਦਰਾਂ ਨੂੰ ਮਿਲੂਗਾ, ਬੰਦੇ ਨੂੰ ਥੋੜ੍ਹਾ ਮਿਲੂਗਾ। ਬਾਂਦਰ ਸਦੀਵ ਪਾਉਂ ਨਾਂਗੇ ਹੀ ਫਿਰਤ ਹੈ। ਅੱਗੇ ਸਤਿਗੁਰੂ ਕਹਿੰਦੇ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਏਕ ਗਿਆਨ ਕੇ ਵਿਹੀਨ ਛੀਨ ਕੈਸੇ ਕੇ ਤਰਤ ਹੈ। ਕੁਝ ਲੋਕ ਰਸਾਂ ਕਸਾਂ ਵਿੱਚ ਖਚਿਤ ਹੋਏ ਨੇ, ਪਰ ਕਹਿੰਦੇ ਗਿਆਨ ਤੋਂ ਵੀ ਹੋਣੇ ਛੀਨ ਹੁੰਦਾ ਜਿਹੜਾ ਚੀਰ ਚੀਰ ਹੋਇਆ ਹੋਵੇ, ਲੀਰ ਲੀਰ ਹੋਇਆ ਹੋਵੇ। ਸਤਿਗੁਰੂ ਕਹਿੰਦੇ ਗਿਆਨ ਤੋਂ ਵੀ ਹੋਣਾ ਸਮਾਜ ਅਨੇਕਾਂ ਫੋਕਟ ਕਰਮ ਕਾਂਡ ਕਰੇਗਾ, ਪਰ ਜ਼ਿੰਦਗੀ 'ਚ ਪ੍ਰਾਪਤੀ ਉਹ ਕਰੇਗਾ ਜਿਹਦੇ ਕੋਲ ਧਰਮ ਹੋਏਗਾ, ਗਿਆਨ ਹੋਏਗਾ, ਜਿਹਨੂੰ ਇੰਨੀ ਡੂੰਘੀ ਸਮਝ ਹੋਏਗੀ ਕਿ ਉਹ ਪਖੰਡ ਕਰਮ ਦਾ ਤਿਆਗ ਕਰ ਦੇਗਾ। ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਖਾਲਸੇ ਨੂੰ ਬਾਣੀ ਦਿੱਤੀ, ਬਾਣਾ ਦਿੱਤਾ, ਚੜ੍ਹਦੀ ਕਲਾ ਵਾਲੇ ਬੋਲੇ ਦਿੱਤੇ, ਨਿਆਰਾ ਰੂਪ ਦਿੱਤਾ, ਇਹਨੂੰ ਹਰ ਭਰਮ ਕਰਮ ਤੋਂ ਉੱਪਰ ਉਠਾਇਆ ਔਰ ਉੱਪਰ ਉਠਾ ਕੇ ਇਹਨੂੰ ਮਰਿਆਦਾ ਦਿੱਤੀ, ਇਹਨੂੰ ਅਕਾਲ ਪੁਰਖ ਦੀ ਰਜ਼ਾ 'ਚ ਰਹਿਣਾ ਸਿਖਾਇਆ। ਔਰ ਜਿਹੜਾ ਸ਼ਬਦ ਰਚਿਆ ਸਤਿਗੁਰਾਂ ਨੇ, ਜਾਗਤ ਜੋਤ ਜਪੈ ਨਿਸ ਬਾਸਰ, ਏਕ ਬਿਨਾ ਮਨ ਨੈਕ ਨਾਨੇ, ਮੇਰਾ ਖਾਲਸਾ ਉਸ ਅਕਾਲ ਪੁਰਖ ਦੀ ਬੰਦਗੀ 'ਚ ਜਿਵੇਂਗਾ, ਕਿਸੇ ਦੂਸਰੇ ਨੂੰ ਨਹੀਂ ਮੰਨੇਗਾ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮੱਠ ਭੂਲ ਨਾ ਮਾਨੇ, ਨਾ ਕਿਸੇ ਕਬਰ ਨੂੰ, ਗੋਰ ਕਹਿੰਦੇ ਕਬਰ ਨੂੰ, ਨਾ ਕਿਸੇ ਮੜੀ ਨੂੰ, ਨਾ ਕਿਸੇ ਮੱਠ ਨੂੰ ਮੇਰਾ ਖਾਲਸਾ ਨਹੀਂ ਮੰਨੇਗਾ। ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨੈ ਏਕ ਪਛਾਨੈ, ਪੂਰਨ ਜੋਤ ਜਗੈ ਘੱਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੇ। ਜਿਹਦੇ ਹਿਰਦੇ ਦੇ ਵਿੱਚ ਅਕਾਲ ਪੁਰਖ ਦਾ ਨਾਮ ਸਿਮਰਨ ਹੈ ਤਾਂ ਮੇਰਾ ਖਾਲਸਾ, ਨਹੀਂ ਤਾਂ ਮੇਰਾ ਖਾਲਸਾ ਨਹੀਂ ਰਹੇਗਾ। ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੇਜ ਦਿਓ ਮੈਂ ਸਾਰਾ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਜੇ ਇਹ ਵਿਪਰਨਵਾਦੀ ਰੀਤਾਂ 'ਚ ਪੈ ਗਿਆ, ਕਿਉਂਕਿ ਭਾਰਤੀ ਸੱਭਿਆਚਾਰ ਨੂੰ ਤਕਰੀਬਨ ਵਿਪਰਨਵਾਦੀ ਰੀਤਾਂ ਨੇ ਘੇਰਿਆ ਹੋਇਆ, ਅੱਜ ਵੀ ਪਹਿਲਾਂ ਵੀ। ਸਤਿਗੁਰੂ ਕਹਿੰਦੇ ਤੁਸੀਂ ਨਿਆਰੇ ਰਹਿਣਾ, ਅਤੇ ਜਿਹੜੀਆਂ ਵਿਪਰਨਵਾਦ ਦੀਆਂ ਮੰਤਾਂ ਮਨੌਤਾਂ, ਭਾਸ਼ਾ 'ਤੇ ਵੀ ਕਬਜ਼ਾ, ਦਿਨਾਂ ਦਿਹਾੜਾਂ 'ਤੇ ਵੀ ਕਬਜ਼ਾ, ਅਨੇਕ ਤਰ੍ਹਾਂ ਦੇ ਫੋਕਟ ਕਰਮ ਕਾਂਡ, ਅਨੇਕ ਤਰ੍ਹਾਂ ਦੇ ਡਰ, ਮੇਰਾ ਜਿਹੜਾ ਖਾਲਸਾ ਇਸ ਸਭ ਤੋਂ ਉੱਪਰ ਹੈ। ਇਸ ਲਈ ਵਿਪਰਨਵਾਦੀ ਰੀਤਾਂ 'ਚੋਂ ਤੁਸੀਂ ਬਿਲਕੁਲ ਪਾਸੇ ਰਹਿਣਾ, ਤੁਹਾਡਾ ਨਿਆਰਾਪਣ ਕਾਇਮ ਰਹੇਗਾ। ਜੇ ਵਿਪਰਨਵਾਦੀ ਰੀਤਾਂ ਮੰਨ ਲਈਆਂ, ਤੁਹਾਡੀ ਹੋਂਦ ਖਤਮ ਹੋ ਜਾਏਗੀ, ਤੁਸੀਂ ਆਪਣੀ ਹੋਂਦ ਗਵਾ ਲਓਂਗੇ। ਇਸ ਲਈ ਵਿਪਰਨਵਾਦੀ ਰੀਤਾਂ ਦੀ ਬਹੁਤ ਵੱਡੀ ਗਿਣਤੀ ਹੈ, ਉਹਦੇ ਤੋਂ ਸਿੱਖ ਸਮਾਜ ਨੂੰ ਬਚਣਾ ਪਏਗਾ। ਜਿੰਨੇ ਭਰਮ ਪਖੰਡ ਨੇ ਇਹ ਪੁਰਾਤਨ ਸਮੇਂ ਤੋਂ ਤੁਰੇ ਆਉਂਦੇ ਨੇ। ਆ ਜਿੰਨੇ ਮੈਂ ਗਿਣਤੀ ਕਰਦਾ ਉਹਨਾਂ ਇੱਕ ਨਹੀਂ ਆ। ਉਹ ਕਿਸੇ ਨੇ ਸਵਾਲ ਪਾਇਆ ਸੀ ਵੀ ਸਧਾਰਨ ਜੀ ਗੱਲ ਆ, ਵੀ ਪੁੱਛਿਆ ਵੀ ਆਲੂ ਮਟਰਾਂ ਦੀ ਸਬਜ਼ੀ ਆ ਕਿ ਮਟਰ ਆਲੂਆਂ ਦੀ ਹੈ। ਉਹ ਕਹਿੰਦੇ ਵੀ ਇਹਦੇ 'ਚ ਕੀ ਫਰਕ ਹੈ। ਕਹਿੰਦੇ ਵੀ ਜੇ ਤਾਂ ਆਲੂ ਮਟਰਾਂ ਦੀ ਹੈ 'ਚ ਆਲੂ ਜ਼ਿਆਦਾ ਨੇ ਮਟਰ ਥੋੜ੍ਹੇ ਨੇ, ਜੇ ਮਟਰ ਆਲੂਆਂ ਦੀ ਹੈ 'ਚ ਮਟਰ ਜ਼ਿਆਦਾ ਨੇ ਆਲੂ ਥੋੜ੍ਹੇ ਨੇ। ਹੁਣ ਸੜਕ 'ਚ ਸਪੀਡ ਬ੍ਰੇਕਰ ਹੁੰਦੇ ਆ ਕਿ ਸਪੀਡ ਬ੍ਰੇਕਰਾਂ 'ਚ ਸੜਕ ਹੁੰਦੀ ਹੈ? ਜੇ ਤਾਂ ਸੜਕ 'ਚ ਸਪੀਡ ਬ੍ਰੇਕਰ ਹੈ, ਸੜਕ ਜ਼ਿਆਦਾ ਅਤੇ ਸਪੀਡ ਬ੍ਰੇਕਰ ਥੋੜ੍ਹੇ ਆ, ਅਤੇ ਜੇ ਸਪੀਡ ਬ੍ਰੇਕਰਾਂ 'ਚ ਸੜਕ ਆ ਫਿਰ ਸਪੀਡ ਬ੍ਰੇਕਰ ਬਹੁਤ ਹੈ, ਸੜਕ ਥੋੜ੍ਹੀ ਹੈ। 365 ਦਿਨ ਨੇ ਸਾਲ ਦੇ, ਅਤੇ 565 ਤਰ੍ਹਾਂ ਦੇ ਅੰਧ ਵਿਸ਼ਵਾਸ ਨੇ ਸਾਡੇ ਮੁਲਕ ਵਿੱਚ, ਅਤੇ ਫਿਰ ਤਾਂ ਇਹ ਸਪੀਡ ਬ੍ਰੇਕਰਾਂ 'ਚ ਸੜਕ ਹੈ।
ਵੀ ਤੁਹਾਡਾ ਹਰ ਦਿਨ ਹੀ ਭਰਮ ਵਿੱਚ ਹੋਵੇ, ਹਰ ਦਿਨ ਤੋਂ ਹੀ ਤੁਸੀਂ ਡਰਦੇ ਹੋ। ਸਤਿਗੁਰੂ ਕਹਿੰਦੇ ਸਪੀਡ ਬ੍ਰੇਕਰ ਤੋੜੋ ਅਤੇ ਜ਼ਿੰਦਗੀ ਦੀ ਗੱਡੀ ਚੱਲੇਗੀ। ਇਹ ਆਪਾਂ ਸਾਰੇ ਹੀ ਸਿਆਣੇ ਹਾਂ ਗੱਡੀਆਂ ਚਲਾਉਣ ਵਾਲੇ, ਵੀ ਜੇ ਸਪੀਡ ਬ੍ਰੇਕਰਾਂ ਨਾਲ ਸੜਕ ਭਰੀ ਹੋਵੇ, ਟਾਇਰਾਂ ਦਾ ਵੀ ਨਾਸ਼, ਤੇਲ ਦਾ ਵੀ ਨਾਸ਼, ਐਵਰੇਜ ਦਾ ਵੀ ਨਾਸ਼, ਗੱਡੀ ਦਾ ਵੀ ਨਾਸ਼, ਸਮੇਂ ਦਾ ਵੀ ਨਾਸ਼, ਜਦੋਂ ਇੰਨੇ ਸਪੀਡ ਬ੍ਰੇਕਰ ਹੋਣਗੇ ਸੱਤਿਆਨਾਸ਼। ਜੇ ਸਪੀਡ ਬ੍ਰੇਕਰ ਖਤਮ ਕਰ ਦਾਂਗੇ ਅਤੇ ਗੱਡੀ ਆਰਾਮ ਨਾਲ ਸਪੀਡ ਨਾਲ ਜ਼ਿੰਦਗੀ, ਜ਼ਿੰਦਗੀ ਵੀ ਇੱਕ ਗੱਡੀ ਹੈ ਅਤੇ ਗੱਡੀ ਵੀ ਇੱਕ ਗੱਡੀ ਹੈ, ਆਪਣੀ ਜ਼ਿੰਦਗੀ ਦੀ ਗੱਡੀ ਹੈ। ਅਤੇ ਜੇ ਜ਼ਿੰਦਗੀ ਦੀ ਗੱਡੀ ਵਿੱਚ ਆਪਾਂ ਇੰਨੇ ਸਪੀਡ ਬ੍ਰੇਕਰਾਂ ਤੋਂ ਡਰਦੇ ਰਹੇ, ਮੰਗਲਵਾਰ, ਵੀਰਵਾਰ, ਸ਼ਨੀਵਾਰ, ਸੂਰਜ ਗ੍ਰਹਿਣ, ਚੰਦਰਮਾ ਗ੍ਰਹਿਣ, ਪੰਚਕਾਂ ਆ ਗਈਆਂ, ਹੋਲੀਆਂ ਆ ਗਈਆਂ, ਆਹ ਜੰਤਰ ਕਰਤਾ, ਮੰਤਰ ਕਰਤਾ, ਤੰਤਰ ਕਰਤਾ, ਧਾਗੇ ਤਵੀਤ ਆ ਗਏ, ਨਾਮਦਾਨ ਦੇਣ ਵਾਲੇ ਆ ਗਏ, ਦੇਹਧਾਰੀ ਗੁਰੂ ਡੰਮੀ ਆ ਗਏ, ਹੋਰ ਸੈਂਕੜੇ ਚਮਟੇ ਕੁੱਟ ਕੁੱਟ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਆ ਗਏ, ਇਹ ਸਪੀਡ ਬ੍ਰੇਕਰਾਂ ਨੇ ਕਿਤੇ ਨਹੀਂ ਗੱਡੀ ਚੱਲਣ ਦੇਣੀ। ਸਤਿਗੁਰੂ ਸਪੀਡ ਬ੍ਰੇਕਰ ਖਤਮ ਕਰਦੇ ਆ। ਇਹ ਸਹਿਜ ਭਾਵੀ ਸੋਚੋ, ਮੇਰਾ ਦੇਸੀ ਜਿਹਾ ਫਾਰਮੂਲਾ ਹੈ, ਇਹ ਸਪੀਡ ਬ੍ਰੇਕਰ ਖਾਲਸੇ ਦੇ ਰਾਹ 'ਚੋਂ ਖਤਮ ਕੀਤੇ ਗਏ ਕਿ ਤੂੰ ਇਹਨਾਂ ਸਪੀਡ ਬ੍ਰੇਕਰਾਂ ਦੀ ਪਰਵਾਹ ਨਾ ਕਰੀਂ। ਇਹ ਵਿਪਰਨਵਾਦੀ ਰੀਤਾਂ ਹੈ ਹੀ ਸਾਰੇ ਸਪੀਡ ਬ੍ਰੇਕਰ ਨੇ, ਅਤੇ ਇਹ ਸਪੀਡ ਬ੍ਰੇਕਰ ਸਤਿਗੁਰੂ ਖਤਮ ਤਾਂ ਹੁੰਦੇ ਆ ਜਦੋਂ ਬੰਦੇ ਦੀ ਸਿੱਧੀ ਸੜਕ ਅਕਾਲ ਪੁਰਖ ਨਾਲ ਹੋਵੇ, ਫਿਰ ਵਿਚੋਲੇ ਦੀ ਕੀ ਲੋੜ ਹੈ। ਇਹ ਵਿਚੋਲਾਵਾਦ ਹੀ ਖਤਮ ਕੀਤਾ ਸੀ ਸਤਿਗੁਰਾਂ ਨੇ, ਖਾਲਸੇ ਨੂੰ ਸਿਰਜ ਕੇ ਫਿਰ ਅੰਤਲੇ ਸਮੇਂ ਉਪਦੇਸ਼ ਦਿੱਤਾ ਕਿ ਮੇਰੇ ਉਪਦੇਸ਼ ਯਾਦ ਰੱਖਣੇ, ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ। ਤੁਸੀਂ ਕੇਵਲ ਅਤੇ ਕੇਵਲ ਅਕਾਲ ਪੁਰਖ ਦੀ ਪੂਜਾ ਕਰਨੀ। ਜਦੋਂ ਵੀ ਤੁਹਾਡੇ ਮਨ 'ਚ ਸ਼ੰਕਾ ਆਵੇ, ਪ੍ਰੀਖਿਆ ਦਾ ਸਮਾਂ ਆਵੇ, ਤਾਂ ਬਾਣੀ ਤੋਂ ਪਰਚਾ ਪਾ ਕੇ ਆਪਣਾ ਉੱਤਰ ਲੈ ਲੈਣਾ, ਅਤੇ ਜੇ ਮੇਰੇ ਦੀਦਾਰ ਕਰਨ ਦੀ ਖਾਹਿਸ਼ ਹੋਵੇ ਤਾਂ ਮੇਰੇ ਸਜੇ ਹੋਏ ਖਾਲਸੇ ਦੇ ਦੀਦਾਰ ਕਰ ਲੈਣੇ, ਮੈਂ ਸਦਾ ਤੁਹਾਡੇ ਸੰਗ ਹੈ। ਔਰ ਅੰਤਲੇ ਸਮੇਂ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗ੍ਰਿਆਈ ਬਖਸ਼ਿਸ਼ ਕੀਤੀ ਹਜ਼ੂਰ ਸਾਹਿਬ ਵਿਖੇ, ਤਾਂ ਸਾਰਿਆਂ ਸਿੱਖਾਂ ਨੂੰ ਜੋ ਹੁਕਮ ਕੀਤਾ ਆਪਾਂ ਸੰਗਤੀ ਰੂਪ ਵਿੱਚ ਗਾਉਂਦੇ ਹਾਂ, ਭਾਵੇਂ ਇਹ ਕਵੀਆਂ ਦੀ ਰਚਨਾ, ਪਰੰਪਰਾ ਵਿੱਚ ਜੋ ਸ਼ਬਦ ਸਨ ਉਹ ਕਵੀਆਂ ਨੇ ਚਿੱਤਰੇ ਹੈ, ਜੋ ਹੁਕਮ ਅੰਤਲੇ ਸਮੇਂ ਕਲਗੀਧਰ ਪਾਤਸ਼ਾਹ ਜੀ ਨੇ ਹਜ਼ੂਰ ਸਾਹਿਬ ਵਿਖੇ ਕੀਤਾ ਕਿ ਮੇਰਾ ਤੁਹਾਨੂੰ ਹੁਕਮ ਹੈ ਕਿ ਅੱਜ ਤੋਂ ਬਾਅਦ ਤੁਹਾਡੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਉਹ ਪਰੰਪਰਾ ਵਿੱਚ ਸ਼ਬਦ ਜਿੰਨੇ ਉੱਥੇ ਸਿੱਖ ਸਨ ਉਹਨਾਂ ਪਰਿਵਾਰਾਂ ਨੂੰ ਆ ਕੇ ਦੱਸੇ, ਸੰਗਤਾਂ ਨੂੰ ਆ ਕੇ ਦੱਸੇ, ਸਮਾਜ ਨੂੰ ਆ ਕੇ ਦੱਸੇ, ਉਹ ਹੌਲੀ ਹੌਲੀ ਕਾਵਿ ਰੂਪ ਵਿੱਚ ਸਾਡੇ ਵਿੱਚ ਆ ਗਏ। ਕੁਝ ਲੋਕਾਂ ਨੂੰ ਅਜੇ ਭਰਮ ਰਹਿੰਦਾ ਵੀ ਇਹ ਕਿਹਨੇ ਰਚੇ ਨੇ, ਕਿਵੇਂ ਰਚੇ ਨੇ, ਇਹ ਸਤਿਗੁਰਾਂ ਦੇ ਹੀ ਜੋ ਬਚਨ ਨੇ ਉਹ ਕਾਵਿ ਰੂਪ ਵਿੱਚ ਕਵੀਆਂ ਨੇ ਮੁੜ ਕੇ ਰੂਪ ਦਿੱਤਾ, ਪਰ ਜੋ ਹੁਕਮ ਉਹਨਾਂ ਨੇ ਕੀਤਾ ਉਹ ਬਚਨ ਨੇ, ਇਹਦੇ 'ਤੇ ਕੋਈ ਸ਼ੰਕੇ ਦੀ ਗੁੰਜਾਇਸ਼ ਨਹੀਂ। ਉਹ ਫਿਰ ਜਿਹੜਾ ਸਾਡਾ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਹੁਕਮ ਨੇ ਉਹਨਾਂ ਨੂੰ ਅਸੀਂ ਮੰਨਦੇ ਹੋਏ, ਤਾਂ ਜਿਹੜਾ ਅਸੀਂ ਦੋਹਰਾ ਗਾਉਂਦੇ ਹਾਂ, ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੇ ਲੇ। ਇੱਥੇ ਮੈਂ ਹੁਣ ਸਮਾਪਤੀ ਕਰਦਾ, ਅਗਲਾ ਪ੍ਰਕਰਨ ਆਪਾਂ ਇੱਥੋਂ ਹੀ ਸ਼ੁਰੂ ਕਰਾਂਗੇ, ਕਿਉਂਕਿ ਮੇਰੇ ਪ੍ਰਕਰਨ 'ਚ ਹਿੱਸਾ ਸੀ ਵੀ ਪ੍ਰਗਟ ਗੁਰਾਂ ਕੀ ਦੇ, 84 ਲੱਖ ਜੂਨ, ਨਾਮ ਦੀ ਸ਼ਕਤੀ, ਇਹ ਪ੍ਰਕਰਨ ਸਾਡਾ ਜਿਹੜਾ ਅੱਜ ਦਾ ਅਗਲਾ ਹੋਏਗਾ। ਹੁਣ ਆਪਾਂ ਸਮਾਪਤੀ ਕਰਦੇ ਹੋਈਆਂ ਫੁੱਲਾਂ ਚੁੱਕਾਂ ਦੀ ਖੇਮਾ, ਚਾਹ ਦੀ ਬ੍ਰੇਕ ਆ 15 ਮਿੰਟ ਵਾਸਤੇ, ਉਸ ਤੋਂ ਬਾਅਦ ਫਿਰ ਇਕੱਠੇ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ,